जस टीवी देख रहे हो तुसी, मैं केपी सिंह तुहाडा स्वागत करता। विश्व वातावरण दिवस मनाया जा रहा, तो हर पासे सुनेहे दिते जा रहे, सुनेहा दिता जा रहा कि चुगिरदे नूं बचाउणा किवें हैगा, असी जागरूक किवें होणा, सरकारां नूं काम किवें करना चाहिए हैगा। ग्रंथां विच वी बहुत कुछ लिखा हैगा, बाणी विच बड़ा कुछ लिखा, हवा नूं गुरु मन्निया गया, पाणी नूं पिता दे समान दस्सिया गया, धरती नूं मां दा दर्जा दित्ता गया, कादर दी कुदरत दे नाल एकमेक होण दा सुनेहा दित्ता गया। पर इस सुनेहे नूं असी किन्ना समझदे हैगे, बाबे नानक दा प्रकाश पुरब असी मनाउणा 550 साला, उस दे लई असी तैयारियां कर रहे हैं, पर चुगिरदे लई साडी तैयारी किन्नी हैगी है, असी सवाल इक्को पुछांगे अज्ज, कौन करेगा चुगिरदे दी चिंता। चुगिरदे दी चिंता जताई जा रही है, तो आ चर्चा क्यों कर रहे, इसलिए चर्चा कर रहे हैं असी, हवा साह लैन लायक नहीं रही, बहुते लोग मास्क पा घूमते पे, बहुतों को पता ही नहीं मास्क हुंदा की है, तो बहुतों को यह पता है मास्क लेना कितों है, मास्क का भी बहुत वड्डा बिजनेस है, इसको समझ जरूरत हैगी है। कैंसर जी बीमारियां पानी वंडदा पिया है, पंजाब का पानी पलीत हो रहा, विकास की अन्नी दौड़ वातावरण दाह ते लाया गया, धर्म ग्रंथां विच कुदरत का जिक्र है, पर सानू फिकर कोई नहीं है, देश की राजधानी दुनिया के सब तो दूसरे शहरों में शामिल हो चुकी है, सिटी ब्यूटीफुल की खूबसूरती से प्रदूषण का ग्रहण लग्या, पंजाब के सनती शहर लुधियाना सने कई शहरों से प्रदूषण की मार है, जिहड़े 22 शहर है मुल्क दे ओ प्रदूषण की मार हेठ है, जिहड़ी दुनिया के सब तो ज़्यादा प्रदूषित शहरों में प्रदूषण, तो पैरिस च मां धी ने मुकदमा कर दिता, प्रदूषण घट करन विच अणगहली वरती गई है, प्रशासन नूं हत्था पैरां दी पै गई है, जिहदे मुकदमा किया गया, वधे प्रदूषण करके मां धी बीमार हुई सन, इहो जी फिकर हैगी है जिहड़ी पैरिस विच जताई गई हैगी, अदालत ने स्वीकार किया मामला, प्रशासन नूं भजना पै चुकी है कि हुण करिए तां करिए की। ਆਸਟ੍ਰੇਲੀਆ ਦੀ ਚੋਣਾਂ 'ਚ ਮੁੱਦਾ ਬਣਿਆ ਪ੍ਰਦੂਸ਼ਣ, ਸਥਾਨਕ ਲੋਕਾਂ ਅਤੇ NGO ਨੇ ਪ੍ਰਦਰਸ਼ਨ ਕੀਤਾ, ਭਾਰਤੀ ਸਨਅਤਕਾਰ ਅਡਾਨੀ ਦੀ ਕੋਲਾ ਖਾਣ ਨੂੰ ਮੁੱਦਾ ਬਣਾਇਆ ਉੱਥੋਂ ਦੇ ਲੋਕਾਂ ਨੇ, ਅਡਾਨੀ ਦੇ ਭਾਰਤ ਵਿੱਚ ਮਾੜੇ ਰਿਕਾਰਡ ਦਾ ਹਵਾਲਾ ਦਿੱਤਾ ਗਿਆ, ਲੋਕਾਂ ਨੂੰ ਖਦਸ਼ਾ, ਆਸਟ੍ਰੇਲੀਆ 'ਚ ਪ੍ਰਦੂਸ਼ਣ ਵਧਾਉਣਗੇ ਅਡਾਨੀ, ਭਾਰਤ 'ਚ ਨਿਯਮਾਂ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਾਇਆ, ਅਡਾਨੀ ਨੂੰ ਕੋਲਾ ਖਾਣ ਲਈ ਸਥਾਨਕ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ, ਸਥਾਨਕ ਸਰਕਾਰ ਨੇ ਮਦਦ ਕੀਤੀ ਸੀ, ਇਸ ਦੇ ਬਾਵਜੂਦ ਲੋਕਾਂ ਨੇ ਪ੍ਰੋਟੈਸਟ ਕੀਤਾ ਹੈਗਾ, ਅਤੇ ਕੇਂਦਰ ਸਰਕਾਰ 'ਤੇ ਸਵਾਲ ਕਿਉਂ ਉੱਠੇ ਆ, ਉਹ ਵੀ ਤੁਹਾਨੂੰ ਦੱਸ ਦਈਏ, ਕੇਂਦਰ ਸਰਕਾਰ 'ਤੇ ਸਵਾਲ ਇਸ ਕਰਕੇ ਉੱਠੇ ਆ ਕਿ ਚੁਗਿਰਦੇ ਬਾਰੇ ਭਾਰਤ ਦੀ ਰੈਂਕਿੰਗ ਹੇਠਾਂ ਡਿੱਗੀ ਹੈ, ਇਨਵਾਇਰਮੈਂਟਲ ਪਰਫਾਰਮੈਂਸ ਇੰਡੈਕਸ ਵਿੱਚ 177ਵਾਂ ਰੈਂਕ ਹੈ, 2018 ਦੀ ਰੈਂਕਿੰਗ ਵਿੱਚ ਭਾਰਤ ਹੇਠਲੇ 5 ਮੁਲਕਾਂ ਵਿੱਚ ਸ਼ਾਮਲ ਹੈ, 2016 ਵਿੱਚ ਭਾਰਤ ਦਾ ਰੈਂਕ 141ਵਾਂ ਸੀ, ਗ੍ਰੀਨ ਕਲੀਅਰੈਂਸ ਪ੍ਰੋਸੈਸਿੰਗ ਦੀ ਮਿਆਦ ਵੀ ਸਰਕਾਰ ਨੇ ਘਟਾਈ ਹੈ, 580 ਦੀ ਥਾਂ 180 ਦਿਨਾਂ ਵਿੱਚ ਸਨਅਤਕਾਰਾਂ ਨੂੰ ਸਰਟੀਫਿਕੇਟ ਦੇਣਾ, ਸਰਕਾਰ ਦਾ ਟੀਚਾ ਇਸ ਮਿਆਦ ਨੂੰ 100 ਦਿਨਾਂ ਤੱਕ ਲੈ ਕੇ ਆਉਣਾ। 2019 ਦੇ ਚੋਣ ਨਤੀਜਿਆਂ ਨੇ ਮਾਹਰਾਂ ਦੀ ਫਿਕਰ ਵਧਾ ਦਿੱਤੀ ਹੈ, ਕਿਸਾਨੀ ਅਤੇ ਚੁਗਿਰਦੇ ਦੇ ਜ਼ਿਕਰ ਤੋਂ ਬਿਨਾਂ ਲੜੀ ਅਤੇ ਜਿੱਤੀ ਗਈ ਚੋਣ, ਚੁਗਿਰਦੇ ਦਾ ਜ਼ਿਕਰ ਹੋ ਨਹੀਂ ਰਿਹਾ, ਨਾ ਕਿਸੇ ਨੇ ਸਵਾਲ ਪੁੱਛਿਆ ਇਹਨਾਂ ਨੂੰ ਅਤੇ ਨਾ ਇਹਨਾਂ ਨੇ ਜਵਾਬ ਦਿੱਤਾ, ਨਾ ਦੇ ਮੈਨੀਫੈਸਟੋ ਵਿੱਚ ਇਸ ਦਾ ਬਹੁਤਾ ਲੰਬਾ ਚੌੜਾ ਜ਼ਿਕਰ ਕੀਤਾ ਗਿਆ, ਇਸ ਕਰਕੇ ਕੇਂਦਰ ਸਰਕਾਰ 'ਤੇ ਸਵਾਲ ਵੀ ਹੈਗੇ। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ, ਕੌਮਾਂਤਰੀ ਵਾਤਾਵਰਣ ਦਿਵਸ ਮੌਕੇ ਧਰਤੀ ਨੂੰ ਬਚਾਉਣ ਦਾ ਐਦ ਕੌਣ ਲਾਏਗਾ, ਇਸ ਸਵਾਲ 'ਤੇ ਅਸੀਂ ਚਰਚਾ ਕਰਾਂਗੇ, ਬਹੁਤ ਹੀ ਇੰਟੈਲੀਜੈਂਟ ਪੈਨਲ ਸਾਡਾ ਮੌਜੂਦ ਹੈਗਾ, ਬਹੁਤ ਹੀ ਮਾਹਰ ਪੈਨਲ ਸਾਡਾ ਮੌਜੂਦ ਹੈਗਾ, ਜਿਨ੍ਹਾਂ ਨੂੰ ਪੂਰੀ ਸਮਝ ਹੈਗੀ ਇਸ ਚੁਗਿਰਦੇ ਬਾਰੇ, ਇਸ ਕਰਕੇ ਇਹਨਾਂ ਨੂੰ ਇੱਥੇ ਸੱਦਿਆ ਹੈਗਾ। ਪ੍ਰੋਫੈਸਰ ਅਰੁਣਦੀਪ ਆਹਲੂਵਾਲੀਆ ਇਨਵਾਇਰਮੈਂਟਲਿਸਟ ਦੇ ਤੌਰ 'ਤੇ ਸਾਡੇ ਨਾਲ ਇੱਥੇ ਮੌਜੂਦ ਨੇ, ਅਰੁਣਦੀਪ ਆਹਲੂਵਾਲੀਆ ਦਾ ਲੰਬਾ ਤਜਰਬਾ ਹੈਗਾ, ਦੱਸਣ ਦੀ ਜ਼ਰੂਰਤ ਨਹੀਂ ਹੈਗੀ, ਜਦੋਂ ਇਹ ਬੋਲਣਗੇ ਤੁਹਾਨੂੰ ਪਤਾ ਲੱਗ ਜਾਵੇਗਾ। ਅਰੁਣਦੀਪ ਆਹਲੂਵਾਲੀਆ ਸਭ ਤੁਹਾਡਾ ਬਹੁਤ ਸਵਾਗਤ ਹੈ। ਅਮੀਰ ਸਿੰਘ ਸੀਨੀਅਰ ਪੱਤਰਕਾਰ ਨੇ ਇਹਨਾਂ ਦੀ ਕਲਮ ਨੇ ਚੁਗਿਰਦੇ ਬਾਰੇ ਲਿਖਿਆ, ਅਤੇ ਇਹਨਾਂ ਨੂੰ ਚੁਗਿਰਦੇ ਬਾਰੇ ਇੰਨੀ ਕੁ ਸਮਝ ਹੈਗੀ ਆ ਕਿ ਜ਼ਿੰਦਗੀ ਦਾ ਬਹੁਤਾ ਹਿੱਸਾ ਇਹਨਾਂ ਨੇ ਚੁਗਿਰਦੇ ਬਾਰੇ ਲਾਇਆ ਹੈਗਾ। ਅਮੀਰ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਹਿਲਾ ਗਰਗ ਐਕਟੀਵਿਸਟ ਦੇ ਤੌਰ 'ਤੇ ਸਾਡਾ ਮੌਜੂਦ ਹੈਗੇ, ਡਾਕਟਰ ਪਹਿਲਾ ਗਰਗ ਖਰਾਂ ਦੀ ਕਲਮ ਹੈ ਜਿਹੜੀ, ਉਹ ਰੇਡੀਓ ਲਈ ਨਾਟਕ ਵੀ ਲਿਖਦੀ ਹੈਗੀ ਆ, ਕਈ ਲੜੀਆਂ ਲਿਖ ਚੁੱਕੀ ਆ, ਚੁਗਿਰਦੇ ਬਾਰੇ ਉਹਨਾਂ ਪੁੱਛਾਂਗੇ, ਉਹਨਾਂ ਲੜੀਆਂ ਦਾ ਕੋਈ ਅਸਰ ਹੁੰਦਾ ਕਿ ਨਹੀਂ ਹੁੰਦਾ ਗਾ। ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਸਮਾਜ ਸ਼ਾਸਤਰੀ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਮਾਜ ਦੀ ਚਿੰਤਾ ਕੀ ਹੈਗੀ ਹੈ, ਸਮਾਜ ਨੂੰ ਜਾਗਰੂਕ ਰਹਿਣ ਬਾਰੇ ਕਿਹਾ ਜਾ ਰਿਹਾ, ਪ੍ਰੋਫੈਸਰ ਮਨਜੀਤ ਸਿੰਘ ਸਮਝਣ ਦੀ ਕੋਸ਼ਿਸ਼ ਕਰਾਂਗੇ, ਸਮਾਜ ਜਾਗਰੂਕ ਹੈ ਕਿ ਨਹੀਂ, ਸਰਕਾਰਾਂ ਨੂੰ ਚਿੰਤਾ ਹੈ ਕਿ ਨਹੀਂ ਹੈ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਅਰੁਣਦੀਪ ਆਹਲੂਵਾਲੀਆ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ। ਅਰੁਣਦੀਪ ਆਹਲੂਵਾਲੀਆ ਸਾਹਿਬ, ਪਹਿਲਾਂ ਤਾਂ ਕੌਮਾਂਤਰੀ ਵਾਤਾਵਰਨ ਦਿਵਸ ਦੀਆਂ ਮੁਬਾਰਕਾਂ ਦਈਏ ਜਾਂ ਅੱਜ ਅਸੀਂ ਸੋਕ ਮਨਾਈਏ? ਪਤਾ ਨਹੀਂ, ਮੇਰੇ ਖਿਆਲ 'ਚ ਸੋਕ ਹੀ ਮਨਾਉਣਾ ਪਊਗਾ, ਕਿਉਂਕਿ 25-30 ਸਾਲ ਤਾਂ ਹੋ ਗਏ ਨੇ ਸਾਨੂੰ ਇਹ ਗੱਲਾਂ ਕਰਦੇ, ਅਤੇ ਹਰ ਤਿਉਹਾਰ 'ਤੇ ਦੀਵਾਲੀ ਹੈ, ਕੁਝ ਵੀ ਹੈ, ਹਾਈ ਕੋਰਟ, ਸੁਪਰੀਮ ਕੋਰਟ, ਸਾਰੇ ਕੋਰਟ ਵੀ ਆ ਚੁੱਕੇ ਨੇ, ਪਰ ਜੇ ਤੁਸੀਂ ਕਿਹਾ ਇੰਨਾ ਵੱਡਾ ਚੁਣਾਵ, ਦੁਨੀਆ ਦਾ ਸਭ ਤੋਂ ਵੱਡਾ ਚੁਣਾਵ ਹੋਇਆ, ਅਤੇ ਕਿਸੇ ਪਾਰਟੀ ਨੇ ਪਰਿਆਵਰਨ ਦਾ ਮੁੱਦਾ ਹੀ ਨਹੀਂ ਰੱਖਿਆ, ਅਤੇ ਪਬਲਿਕ 'ਚ ਇੰਨੀ ਅਵੇਅਰਨੈਸ ਵੀ ਨਹੀਂ ਸੀਗੀ ਕਿ ਉਹਨਾਂ ਨੂੰ ਪੁੱਛਦੇ ਕਿ ਤੁਸੀਂ ਇੰਨੇ ਊਲ ਜਲੂਲ ਗੱਲਾਂ 'ਤੇ ਸਾਡੇ ਨਾਲ ਕਰ ਰਹੇ ਹੋ, ਅਤੇ ਸਾਡੀ ਜ਼ਿੰਦਗੀ ਮੌਤ ਦਾ ਇਸ਼ੂ ਤੁਹਾਡਾ ਇਸ਼ੂ ਨਹੀਂ ਹੈਗਾ, ਅਸੀਂ ਕਿਹਦੇ ਕੋਲ ਜਾਵਾਂਗੇ? ਮੇਰੇ ਖਿਆਲ 'ਚ ਵਕਤ ਆ ਗਿਆ ਕਿ ਪਬਲਿਕ ਆਪਣੇ ਆਪ ਇਨਵਾਇਰਮੈਂਟ ਦਾ ਮੁੱਦਾ ਹੱਥਾਂ 'ਚ ਲਏ ਅਤੇ ਆਪਣੇ ਆਪ ਨੂੰ ਬਚਾਏ। ਕਿਸੇ ਤੋਂ ਮਦਦ ਦੀ ਉਮੀਦ ਨਾ ਰੱਖੋ, ਹਰ ਕਿਸੇ ਕੋਲ ਇੰਨੀ ਸਮਝ ਹੈਗੀ ਹੈ ਕਿ ਕੁਝ ਰੁੱਖ ਲਾਉਣ ਨਾਲ ਸੁੱਖ ਹੋਏਗਾ, ਅਤੇ ਰੁੱਖ ਨਾਲ ਕਦੇ ਨੁਕਸਾਨ ਨਹੀਂ ਹੋਇਆ, ਅਤੇ
नाल जड़े प्रोग्रामां च रुख कट्टे जा रहे ने बिल्कुल ब्लाइंडली कोई सड़क बन रही है ते कोई उक्रेना लगियां होयां ने सड़क पत्थर भी हटाने ने ते रुख भी हटाने चाहे वो हिमाचल है चाहे पंजाब है जिधर मर्जी जाओ यह लगता है कि जड़े वड़े वड़े पेड़ हैगे है ये अगले आने वाले 10 साल बचने नहीं है खत्म हो जाएंगे इंज लगता जिमें कोई वड्डा सारा डिवेलपमेंटल प्रोजेक्ट एक लकड़ कट्टन दा ते वेचन दा कोई गुप्त जा कोई एक कोई माफिया लगता मैनू तो माफिया ही लगता अदरवाइज दिल्ली शहर विच असी एक हाउसिंग प्रोजेक्ट बनाना है ते आपां 3,500 पता नहीं 14,000 रुख कट्टने हैं उते रब भला करे वो बच्चों का जड़े रुखां नाल लिपट गए तो सुप्रीम कोर्ट हाई कोर्ट सारे हिदायत आ गई तो अगले दिन हो गया जी असी नहीं कट्टांगे हुण कोई पुछे इन्हां नूं इधर जाओ तुसी कसौली वाल एक रुख हैगा जड़ा घर दी छत विचों बाहर आ रहा उन्हें अपने हाउस का मैप एडजस्ट कर लिया कि मैं ਉਹਦੇ ਨਾਲ ਹੀ ਕਰਾਂਗਾ ਉਹ ਪੇੜ ਮੇਰੇ ਘਰ 'ਚ ਹੀ ਰਹੇਗਾ ਅਤੇ ਇੱਧਰੋਂ ਕਿੰਨੀ ਖੂਬਸੂਰਤੀ ਹੈ ਇਹਨੂੰ ਕਹਿੰਦੇ ਕੁਦਰਤ ਨਾਲ ਇੱਕ ਮਿੱਕ ਹੋ ਜਾਂ ਕਿੰਨੀ ਖੂਬਸੂਰਤੀ ਹੈ ਅਤੇ ਜੇ ਸਾਡੇ ਸਰਕਾਰ ਇਹ ਕਹੇ ਜੀ ਉਹ ਕਲੋਨੀ ਬਣਾਉਣੀ ਬੜੀ ਜ਼ਰੂਰੀ ਹੈ ਇੱਥੇ ਹੀ ਬਣਾਉਣੀ ਬੜੀ ਜ਼ਰੂਰੀ ਹੈ ਕਿਉਂਕਿ ਵੱਡੇ ਵੱਡੇ ਅਫਸਰ ਨੇ ਉਹ ਕਿੱਧਰ ਜਾਣਗੇ ਗੁੜਗਾਓਂ ਅਤੇ ਨੋਇਡਾ ਉਹਨੇ ਤਾਂ ਇੱਥੇ ਹੀ ਮਰਨਾ ਹੈ ਅਤੇ ਤੁਹਾਡਾ ਬੇੜਾ ਗਰਕ ਅਸੀਂ ਤਾਂ ਇੱਥੇ ਹੀ ਰਹਿਣਾ ਹੈ ਉਹ ਪੁੱਛੋ ਕਿੱਥੇ ਕਿੱਥੇ ਰਹੋਗੇ ਤੁਸੀਂ ਤੁਹਾਨੂੰ ਪਤਾ ਹੈ ਤੁਹਾਡੇ ਸਾਂਝ ਕੀ ਜਾ ਰਿਹਾ ਹੈ ਇੱਕ ਹਰ ਕੋਈ ਚਾਹੇ ਬੱਚਾ ਹੈ ਚਾਹੇ ਬਜ਼ੁਰਗ ਹੈ ਕੋਈ ਦਿੱਲੀ ਵਿੱਚ ਕੋਈ ਇਹੋ ਜਿਹਾ ਨਹੀਂ ਬੱਚਾ ਜਿਹੜਾ ਸਮੋਕ ਨਾ ਕਰਦਾ ਹੋਏ 30 ਸਿਗਰਟਾਂ ਦਾ 25 ਸਿਗਰਟਾਂ ਦਾ ਧੂੰਆਂ ਇੱਕ ਬੱਚੇ ਦੇ ਫੇਫੜਿਆਂ 'ਚ ਵੀ ਜਾ ਰਿਹਾ ਇੱਕ ਬਜ਼ੁਰਗ ਦੇ ਫੇਫੜਿਆਂ 'ਚ ਧੂੰਆਂ ਜਾ ਰਿਹਾ ਅਤੇ ਸੁਪਰੀਮ ਕੋਰਟ ਵੀ ਗੱਲਾਂ ਤਾਂ ਕੋਰਟ ਬਹੁਤ ਚੰਗੀਆਂ ਕਰਦੇ ਨੇ ਔਰ ਨੀਅਤ ਵੀ ਉਹਨਾਂ ਦੀ ਬਹੁਤ ਚੰਗੀ ਹੈ ਪਰ ਕੋਨਸਟੀਟਿਊਸ਼ਨ ਮੈਨੂੰ ਇੱਕ ਰਾਈਟ ਟੂ ਲਾਈਫ ਦਿੰਦਾ ਹੈ ਰਾਈਟ ਟੂ ਲਾਈਫ ਮੀਨਸ ਰਾਈਟ ਟੂ ਬਰੀਦ ਇਫ ਆਈ ਡੋਂਟ ਹੈਵ ਰਾਈਟ ਟੂ ਬਰੀਦ ਵੇਅਰ ਇਜ਼ ਮਾਈ ਰਾਈਟ ਟੂ ਲਾਈਫ ਰਾਈਟ ਟੂ ਯੂ ਕੈਨ ਨਾਟ ਗਾਰੰਟੀ ਬਹੁਤ ਮਹੱਤਵਪੂਰਨ ਸਵਾਲ ਹੈ ਮੈਂ ਆ ਰਿਹਾ ਅਲੂ ਵਾਲੀਆ ਸਾਹਿਬ ਵਾਪਸ ਆਊਂਗਾ ਤੁਹਾਡੇ ਕੋਲ ਹਮੀਰ ਸਿੰਘ ਜੀ ਜਿੱਥੇ ਕੁਦਰਤੀ ਸਰੋਤ ਤਬਾਹ ਕਰ ਦਿੱਤੇ ਜਾਣ ਹੋਣ ਅਸੀਂ ਉਸ ਨੂੰ ਤਰੱਕੀ ਮੰਨਦੇ ਪਏ ਹਾਂ ਕਿਉਂ ਅਸਲ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਥੋੜ੍ਹੀ ਬਹੁਤ ਅਵੇਅਰਨੈਸ ਐਵੇਂ ਤਾਂ ਆ ਹੀ ਰਹੀ ਹੈ ਕਿ ਸਾਨੂੰ ਸਾਹ ਲੈਣ 'ਚ ਪ੍ਰੋਬਲਮ ਹੈ ਸਾਨੂੰ ਪਰ ਮਨੁੱਖ ਹਮੇਸ਼ਾ ਮੋਟੀਵੇਸ਼ਨ ਤੋਂ ਚੱਲਦਾ ਹੈ ਕੋਈ ਧਾਰਨਾਵਾਂ ਤੋਂ ਚੱਲਦਾ ਹੈ ਜਿਹੋ ਜਿਹੀ ਧਾਰਨਾ ਬਣਾ ਦਿੱਤੀ ਜਾਂਦੀ ਹੈ ਉਹਦਾ ਉਹੋ ਜਿਹਾ ਲਾਈਫ ਸਟਾਈਲ ਬਣਦਾ ਹੈ ਔਰ ਸਾਡੇ ਧਾਰਨਾ ਕਿਹੋ ਜਿਹੀ ਬਣੀ ਹੈ ਸਾਡਾ ਇਕਨੋਮਿਕ ਡਿਵੈਲਪਮੈਂਟ ਦਾ ਮਾਡਲ ਜਿਹੜਾ ਉਹ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੀ ਉਹਦਾ ਇੱਕੋ ਇੱਕ ਡਾਇਰੈਕਸ਼ਨ ਹੈ ਇੱਕੋ ਇੱਕ ਮੋਟਿਵ ਹੈ ਇੱਕੋ ਇੱਕ ਸੋਚ ਹੈ ਜਦੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਤਾਂ ਕਾਰਪੋਰੇਟ ਕੰਪਨੀਆਂ ਧੜਾਧੜ ਜਿੰਨੇ ਮਰਜ਼ੀ ਜੰਗਲ ਕੱਟ ਦੇਣ ਜਿੰਨੇ ਮਰਜ਼ੀ ਕੁਦਰਤੀ ਵਸੀਲਿਆਂ ਦਾ ਦੋਹਣ ਕਰ ਦੇਣ 4 ਕੋਈ ਦਰਖਤ ਲਾਵੇ 10 ਲਾਵੇ ਇਹਦੇ ਬਜਾਏ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਕੇਵਲ ਪ੍ਰੋਫਿਟ ਜਦੋਂ ਮੇਨ ਬਣ ਗਿਆ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਤਾਂ ਉਹ ਜਿਹੇ ਲਾਭ ਬਣ ਗਏ ਜਦੋਂ ਦੇਸ਼ ਦਾ ਇਨਵਾਇਰਨਮੈਂਟ ਮਿਨਿਸਟਰ ਇਹ ਕਹਿੰਦਾ ਹੋਵੇ ਜਿਹੜਾ ਦੁਬਾਰਾ ਫਿਰ ਉਹੀ ਇਨਵਾਇਰਨਮੈਂਟ ਮਿਨਿਸਟਰ ਬਣਿਆ ਅਤੇ ਉਹ ਇਹ ਕਹਿੰਦਾ ਹੋਵੇ ਕਿ ਮੇਰੀ ਫਾਈਲ ਬਿਲਕੁਲ ਕਲੀਅਰ ਹੈ ਵਾਤਾਵਰਨ ਦੇ ਮਾਮਲੇ 'ਚ ਫੋਰੈਸਟ ਦੇ ਮਾਮਲੇ 'ਚ ਕੋਈ ਨਹੀਂ ਉਹਦੀ ਫਾਈਲ ਤਾਂ ਭਰੀ ਰਹਿਣੀ ਚਾਹੀਦੀ ਹੈ ਕਿ ਉਹ ਰੋਕਾਂ ਲਾਵੇ ਕਹੇ ਕਿ ਭਾਈ ਆਹ ਨਹੀਂ ਪ੍ਰੋਜੈਕਟ ਹੋ ਸਕਦਾ ਆਹ ਪ੍ਰੋਜੈਕਟ ਇੱਧਰ ਉੱਧਰ ਨਹੀਂ ਹੋ ਸਕਦਾ ਔਰ ਇਸ ਕਰਕੇ ਜਿਹੜਾ ਇਹ ਮੋਟੀਵੇਸ਼ਨ ਬਣਾ ਦਿੱਤੀ ਗਈ ਹੈ ਥਰੂ ਆਊਟ ਵਰਲਡ 195 ਦੁਨੀਆ ਦੇ ਦੇਸ਼ਾਂ ਦੇ ਮੁਖੀ ਮਿਲਦੇ ਨੇ ਪੈਰਿਸ ਦੇ ਵਿੱਚ ਬਿਲਕੁਲ ਠੀਕ ਹੈ ਪੈਰਿਸ ਦੇ ਵਿੱਚ ਉਹ ਉਦੋਂ ਪੁਰਾਣਾ 1992 ਦੀ ਰੀਓ ਡੀ ਜਨੇਰੀਓ ਦੀ ਜਿਹੜੀ ਕਾਨਫਰੰਸ ਹੈ ਉਦੋਂ ਬਾਅਦ ਹੋਇਆ ਕੋਟੋ ਪ੍ਰੋਟੋਕੋਲ ਨੂੰ ਇੰਪਰੂਵਡ ਰੂਪ ਦੇ ਵਿੱਚ ਸੁਧਰੇ ਰੂਪ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਨੇ ਪਰ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਉਹਦਾ ਰਾਸ਼ਟਰਪਤੀ ਟਰੰਪ ਕਹਿੰਦਾ ਕਿ ਮੈਂ ਨਹੀਂ ਇਹਦੇ 'ਚ ਸ਼ਾਮਿਲ ਮੈਂ ਇਹ 'ਚੋਂ ਵਿਦਡਰਾ ਕਰਦਾ ਤਾਂ ਦੁਨੀਆ ਦੇ ਮੁਲਕਾਂ ਦੀ ਜ਼ਿੰਮੇਵਾਰੀ ਅਸੀਂ ਅਜੇ ਮਨੁੱਖਤਾਵਾਦੀ ਹੋਏ ਹੀ ਨਹੀਂ ਕੁਦਰਤ ਅਤੇ ਮਨੁੱਖ ਦੀ ਜਿਹੜੀ ਇੱਕ ਸੁਰਤ ਹੈ ਸੋਚ ਇਹ ਬਣਾ ਲਈ ਕਿ ਅਸੀਂ ਕੁਦਰਤ ਨੂੰ ਲੜ ਕੇ ਜਿੱਤਾਂਗੇ ਲੜ ਕੇ ਉਹਦੇ 'ਚੋਂ ਆਪਣੇ ਲਈ ਜੋ ਮਰਜ਼ੀ ਪ੍ਰਾਪਤ ਕਰਾਂਗੇ ਜਦਕਿ ਧਾਰਨਾ ਦੇ ਤੌਰ 'ਤੇ ਮਨੁੱਖ ਕੁਦਰਤ ਦਾ ਇੱਕ ਹਿੱਸਾ ਹੈ ਅਸੀਂ ਕੁਦਰਤ ਨੂੰ ਹਰਾਉਣ ਵਿੱਚ ਲੱਗੇ ਹੋਏ ਹਾਂ ਅਸੀਂ ਉਹਦੇ ਨਾਲ ਇੱਕ ਸੁਰਤਾ 'ਚ ਬਿਹਤਰ ਜੀਵਨ ਅਸੀਂ ਕੁਦਰਤ ਨੂੰ ਹਰਾਉਣ 'ਚ ਲੱਗੇ ਹੋਏ ਹਾਂ ਹਰਾਉਣ 'ਚ ਲੱਗੇ ਹੋਏ ਹਾਂ ਔਰ ਇਹ ਜਿਹੜੀ ਗਲਤ ਫਹਿਮੀ ਹੈ ਦੂਜੀ ਗੱਲ ਇਹ ਵੀ ਹੈ ਸਾਰੀ ਦੁਨੀਆ ਨੂੰ ਇਹ ਪਤਾ ਇਸੇ ਕਰਕੇ 1 ਏਜੰਡਾ ਬਣਿਆ ਕਿ ਇਹ ਪੂਰੀ ਮਨੁੱਖਤਾ ਦਾ ਏਜੰਡਾ ਹੈ ਇਕੱਲੇ ਇੱਕ ਦੇਸ਼ ਦਾ ਨਹੀਂ ਇੱਕ ਸੂਬੇ ਦਾ ਨਹੀਂ ਇੱਕ ਵਿਅਕਤੀ ਦਾ ਨਹੀਂ ਇੱਕ ਵਰਗ ਦਾ ਨਹੀਂ ਇਹਦੇ ਬਾਵਜੂਦ ਇਹ ਰਾਸ਼ਟਰਵਾਦ ਏਜੰਡਾ ਹੋ ਸਕਦਾ ਇਹਦੇ ਬਾਵਜੂਦ ਇਹ ਰਾਸ਼ਟਰਵਾਦ ਏਜੰਡਾ ਹੈ ਕਿ ਨਹੀਂ ਹੈ ਇਹਦੇ ਬਾਵਜੂਦ ਅਸੀਂ ਅੰਧ ਰਾਸ਼ਟਰਵਾਦ ਫੈਲਾ ਰਹੇ ਹਾਂ ਮਨੁੱਖਤਾ ਕਿਤੇ ਨਹੀਂ ਹੈ ਸਾਡੇ ਏਜੰਡੇ 'ਚ ਟਰੰਪ ਅੰਧ ਰਾਸ਼ਟਰਵਾਦ ਪਜਾ ਰਿਹਾ ਸਾਡੇ ਬੀਜੇਪੀ ਤੋਂ ਲੈ ਕੇ ਜਿਹੜਾ ਵੀ ਏਜੰਡਾ ਸਾਡੇ ਪਾਕਿਸਤਾਨ ਦੇ ਖਿਲਾਫ ਹੋਵੇ ਪਾਕਿਸਤਾਨ ਦਾ ਹਿੰਦੁਸਤਾਨ ਦੇ ਖਿਲਾਫ ਹੋਵੇ
असी अजे ह्यूमनिटेरियन भी नहीं बने, नेचर उदू दूर की गल है जी उस लैवल पर होंगी है। धारणा के तौर पर इस करके एक बड़ा बड़ा बलंडर सारे कितने कितने सुनामी आ जाती है, कितने मौसम बदल रहे हैं, टापू डुबना जा रहे हैं, आलमी तपश इस हद तक बढ़ रही है कि आने वाले दिनों के मनुखता लिए बहुत बड़ा चैलेंज हो रहा है। और ये दोनों चीजा जुड़िया ने कि कोई वर्ग किन्ना उदा सारी मनुखता नूं ब्लेम नहीं करन दा सवाल हुंदा, कोई किन्ने रिसोर्स यूज करता है, एक घराणा एक वर्ग और 99% बनाम 1% का मॉडल जिहड़ा जोसफ स्टिगलिट्स कहिंदा है वह यह है कि 1% लोग कुदरती वसीलियां का भी दोहों रोस रूप कर रहे हैं, वह गरीबी ते अमीरी दे विचों जिहड़े मटीरियल चीज़ां ने उदा दोहन भी उदा इंजॉयमेंट भी 1% ते कर रहे हैं। उन्हों पोलीटिकली सोचना पेगा, उन्होंने फिलोसफिकली सोचना पेगा, उन्होंने विचारधारक तौर पर सोचना। ठीक है, छोटा ब्रेक लवेंगे। आलमी तपश की गल की हमीर सिंह जी ने, जो आलमी तपश की गल होंगी ग्लोबल वार्मिंग की गल होंगी है उदो सानू होर सोचना पवेगा, जो राजस्थान के शुरू में पारा 50 डिग्री टप जाए, जो अमृतसर 46 डिग्री टप जाए, फिर सानू सोचना पवेगा असी एसी तो बिना गुजारीए किवें। सवाल एसी ते भी है कि एसी चलाया जाए कि ना चलाया जाए, एसी बंद किवें किया जाए, सवाल यह भी है। ब्रेक वापस आके ये सारे सवाल होने के चलो ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਇਸ ਡਿਬੇਟ ਦੇ ਵਿੱਚ, ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਧਰਤੀ ਨੂੰ ਬਚਾਉਣ ਦਾ ਅਹਿਦ ਕੌਣ ਲਏਗਾ? ਰਸਮਜੀਤ ਸਿੰਘ, ਅਸੀਂ ਸਮਾਜ ਨੂੰ ਜਾਗਰੂਕ ਕਰਨ ਦੀ ਗੱਲ ਕਰਦੇ ਹਾਂ ਵਾਰ ਵਾਰ, ਜਿਹੜੀ ਆਲਮੀ ਤਪਸ਼ ਦੀ ਗੱਲ ਹਮੀਰ ਸਿੰਘ ਹਰੀ ਕਰ ਰਹੇ ਹੈਗੇ ਆ, ਆਲਮੀ ਤਪਸ਼ ਦੀ ਮਾਰ ਤੋਂ ਅਸੀਂ ਬਚ ਕਿਵੇਂ ਸਕਦੇ ਹਾਂ? ਦੇਖੋ ਸਮਾਜ 'ਤੇ ਜਾਗਰੂਕ ਹੀ ਹੈ, ਸਮਾਜ ਨੂੰ ਕੀ ਦਿੱਕਤ ਹੈਗੀ ਆ? ਮੈਨੂੰ ਪਤਾ, ਮੈਂ ਪਿੰਡ 'ਚੋਂ ਆਇਆ ਹਾਂ ਕਿ ਜਿਹੜੇ ਸਾਡੇ ਕਿਸਾਨੀ ਦੇ ਜਾਨਵਰ ਹੁੰਦੇ ਸੀਗੇ ਉਹ ਉਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਸਮਝਦੇ ਸੀ, ਔਰ ਜ਼ਮੀਨ ਨੂੰ ਵੀ ਇੱਕ ਆਪਣੇ ਪੁੱਤਰ ਵਾਂਗੂ ਸਮਝਦੇ ਸੀ, ਔਰ ਦੁੱਧ ਨੂੰ ਵੀ ਨਹੀਂ ਸੀ ਵੇਚਣਾ ਠੀਕ ਸਮਝਦੇ, ਉਹ ਦੁੱਧ ਨੂੰ ਵੀ ਜੇ ਵੇਚਣਾ ਤਾਂ ਉਹਨੂੰ ਸਮਝਦੇ ਸੀ ਪੁੱਤ ਨੂੰ ਵੇਚਣ ਵਾਲੀ ਗੱਲ ਹੈਗੀ। ਉਹ ਲੋਕ ਧਰਤੀ ਨਾਲ ਜੁੜੇ ਹੋਏ, ਧਰਤੀ ਦੀ ਮਹਿਕ ਦੇ ਨਾਲ ਇੱਕ ਮਿਕ ਹੋਏ ਹੋਏ, ਉਹਦੇ ਨਾਲ ਜੁੜੇ ਹੋਏ, ਮਿੱਟੀ ਨਾਲ ਮਿੱਟੀ ਵੀ ਹੁੰਦੇ ਸੀਗੇ ਔਰ ਉਸ ਨੂੰ ਇੰਜੋਏ ਵੀ ਕਰਦੇ ਸੀ। ਉਹਨਾਂ ਦੇ ਉੱਥੇ ਤੁਸੀਂ ਜਿਉਂ ਜੋ ਕੁਆੜਾ ਕੀਤਾ ਲਿਆਉਣ ਦੇ, ਟਰੈਕਟਰ ਲਿਆਉਣ ਦੀਆਂ, ਦਵਾਈਆਂ ਲਿਆਉਣ ਦੇ, ਸਾਰੇ ਉਹ ਜਿੰਨੀ ਕਿਸਮ ਦੇ ਜੀਵ ਜੰਤੂ ਜਾਨਵਰ ਜਿਹੜੇ ਕੀੜੇ ਪੈਦਾ ਹੁੰਦੇ ਸੀ, ਉਹ ਚਿੜੀਆਂ ਚਿੜੀਆਂ ਖਾਂਦੀਆਂ ਸੀ, ਚਿੜੀਆਂ ਆਪਣੇ ਉਹ ਗਾਂ ਦੀ ਗਾਂ ਸਾਰੀ ਚੇਨ ਜਿਹੜੀ ਆ ਉਹ ਤੋੜ ਕੇ ਉਹਦਾ ਸੱਤਿਆਨਾਸ਼ ਕੀਤਾ ਆ। ਇਸ ਕਰਕੇ ਮੈਨੂੰ ਲੱਗਦਾ ਕਿ ਲੋਕ ਤਾਂ ਠੀਕ ਠਾਕ ਸੀਗੇ, ਲੋਕਾਂ ਨੂੰ ਜਿਵੇਂ ਹਮੀਰ ਜੀ ਕਹਿ ਰਹੇ ਆ ਕਿ ਲੋਕਾਂ ਨੂੰ ਕੁਦਰਤ ਤੋਂ ਦੂਰ ਕਰਨਾ ਔਰ ਲੋਕਾਂ ਨੂੰ ਇਸ ਕਿਸਮ ਦੇ ਜੰਜਾਲ ਦੇ ਵਿੱਚ ਫਸਾਉਣਾ, ਉਹ ਕੁੜੀਆਂ ਨਫਾ ਕਮਾਉਂਦੀਆਂ ਕਾਰਪੋਰੇਸ਼ਨ ਆ, ਭਾਵੇਂ ਉਹ ਦਵਾਈਆਂ ਵਾਲੀਆਂ ਹੋਣ, ਭਾਵੇਂ ਉਹ ਮਕੈਨੀਕਲ ਇੰਜੀਨੀਅਰਿੰਗ ਟਰੈਕਟਰਾਂ ਵਾਲੀਆਂ ਹੋਣ, ਉਹਨਾਂ ਸਾਰਿਆਂ ਨੇ ਇਹ ਕੁਆੜਾ ਕੀਤਾ। ਰਹੀ ਗੱਲ ਹੁਣ ਫਿਰ ਇਹ ਤਾਂ ਸਵਾਲ ਇਹ 'ਤੇ ਵੀ ਆਉਂਦਾ ਨਾ, ਜਿਹੜੇ ਮਾਸਕ ਵੇਚਦੇ ਪਏ ਉਹਨਾਂ ਦੀ ਕੰਪਨੀ 'ਤੇ ਵੀ ਸਵਾਲ ਉੱਠਦੇ ਆ ਕਿ ਮਾਸਕ ਇਹਨਾਂ ਨੇ, ਅਤੇ ਫਿਰ ਪਾਣੀ ਵਾਲੇ ਉਹਨਾਂ 'ਤੇ ਵੀ ਸਵਾਲ ਉੱਠਦੇ ਆ। ਪਹਿਲਾਂ ਬੰਦਿਆਂ ਨੂੰ ਪਾਣੀ ਪਲੀਤ ਹੋ ਜਾਂਦਾ, ਲੋਕ ਕਰਨ ਕੀ ਫਿਰ? ਬੜਾ ਵਿਸ਼ੇਸ਼ ਸਰਕਲ ਆ, ਦੇਖੋ ਪਹਿਲਾਂ ਇਨਵਾਇਰਮੈਂਟ ਨੂੰ ਤਬਾਹ ਕਰੋ, ਫਿਰ ਲੋਕ ਬਿਮਾਰ ਹੋਣਗੇ, ਫਿਰ ਤੁਸੀਂ ਦਵਾਈਆਂ ਲਿਆ ਦਿਓ, ਇਹ ਪੁੱਠਾ ਚੱਕਰ ਚੱਲੀ ਜਾਊਗਾ। ਇਸ ਕਰਕੇ ਚਿਪਕੋ ਮੂਵਮੈਂਟ ਜਿਹੜੀ ਚੱਲੀ ਸੀ ਬਹੁਗੁਣਾ ਨੇ ਜਿਹੜਾ ਚਲਾਈ ਸੀਗੀ ਉੱਤਰਾਂਚਲ ਦੇ ਵਿੱਚ, ਉਹਨਾਂ ਨੇ ਦਰਖਤ ਨਹੀਂ ਸੀ ਵੱਢਣ ਦਿੱਤੇ। ਇਸ ਤਰ੍ਹਾਂ ਕਿੰਨੇ ਆਦਿਵਾਸੀ ਆ ਅੱਜ ਵੀ ਉਹ ਇਸ ਗੱਲ ਲਈ ਲੜ ਰਹੇ ਆ ਕਿ ਜਦੋਂ ਮਲਟੀਨੈਸ਼ਨਲ ਕਾਰਪੋਰੇਸ਼ਨ ਆਪਣੀਆਂ, ਖਾਸ ਕਰ ਝਾਰਖੰਡ ਔਰ ਛੱਤੀਸਗੜ੍ਹ ਦੇ ਏਰੀਏ ਦੇ ਵਿੱਚ, ਉੜੀਸਾ ਦੇ ਏਰੀਏ ਦੇ ਵਿੱਚ ਵੀ ਉਹ ਲੜਦੇ ਆ ਆਦਿਵਾਸੀ ਕਿ ਸਾਨੂੰ ਤੁਸੀਂ ਘਰੋਂ ਬੇਦਖਲ ਕਿਉਂ ਕਰਦੇ? ਉਹ ਕਹਿੰਦੇ ਜੀ ਕੋਈ ਨਹੀਂ, ਅਸੀਂ ਤੁਹਾਨੂੰ ਰੀਹੈਬਲੀਟੇਟ ਕਰ ਦਾਂਗੇ, 50 ਕਿਸਮ ਦੇ ਬਹਾਨੇ। ਲੋਕ ਜੀਣਾ ਚਾਹੁੰਦੇ ਆ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਮਾਰਕੀਟ ਗਲੋਬਲ ਹੋ ਗਈ, ਜਿਵੇਂ ਫਾਈਨੈਂਸ ਗਲੋਬਲ ਹੋ ਗਿਆ, ਅਤੇ ਇਨਵਾਇਰਮੈਂਟ ਤਾਂ ਗਲੋਬਲ ਇਸ਼ੂ ਹੈਗਾ, ਧਰਤੀ ਤਾਂ ਸਾਰਿਆਂ ਦੀ ਸਾਂਝੀ ਆ। ਜੇ ਕੋਈ ਉੱਧਰ ਨਿਊਕਲੀਅਰ ਅਮਰੀਕਾ ਚਲਾਉਂਦਾ ਤਾਂ ਸਾਰੇ ਧਰਤੀ ਦੇ ਇਨਵਾਇਰਮੈਂਟ ਨੂੰ ਉਹ ਤਬਾਹ ਕਰਦਾ, ਜੇ ਕੋਈ ਕਿਤੇ ਵੀ ਹੋਰ ਦੇਸ਼ 'ਚੋਂ ਨਿਊਕਲੀਅਰ ਕਿਸੇ ਕਿਸਮ ਦਾ ਕੋਈ ਬੰਬ ਚੱਲਦਾ ਤਾਂ ਉਹ ਸਾਰੀ ਦੁਨੀਆ ਦੇ ਵਿੱਚ ਇਨਵਾਇਰਮੈਂਟ ਨੂੰ ਤਬਾਹ ਕਰਦਾ। ਇਸ ਕਰਕੇ ਇਹ ਇੱਕ ਇਹੋ ਜਿਹਾ ਇਸ਼ੂ ਹੈਗਾ ਜਿਹੜਾ ਸਾਰੀ ਦੁਨੀਆ ਦੇ ਲੋਕਾਂ ਨੂੰ ਮਿਲ ਕੇ, ਔਰ ਖਾਸ ਕਰ ਉਹ ਲੋਕ ਜਿਹੜੇ ਇਸ ਇਨਵਾਇਰਮੈਂਟ ਨੂੰ ਤਬਾਹ ਕਰਨ ਦੇ ਵਿੱਚ ਜ਼ਿੰਮੇਵਾਰ ਆ, ਔਰ ਜਿਹੜੇ ਲੋਕਾਂ ਨੂੰ ਉਹਨਾਂ ਦਾ ਧਰਤੀ 'ਤੇ ਅਧਿਕਾਰ, ਉਹਨਾਂ ਦਾ ਪਾਣੀ 'ਤੇ ਅਧਿਕਾਰ, ਉਹਨਾਂ ਦਾ ਹਵਾ 'ਤੇ ਅਧਿਕਾਰ। ਮੈਂ ਕਿਉਂ, ਮੈਨੂੰ ਕਿਉਂ ਤੁਸੀਂ ਵਿਕਟਮ ਬਣਾ ਰਹੇ ਆ ਭਾਈ? ਮੈਂ ਤਾਂ ਕੋਈ ਆਪਣਾ ਫੈਕਟਰੀ ਨਹੀਂ ਲਾਈ, ਮੈਂ ਤਾਂ ਕੋਈ ਕਾਰ ਨਹੀਂ ਲਾਈ। ਜਿਹੜੇ ਬੰਦੇ ਨੇ, ਜਿਹੜਾ ਬੰਦਾ ਜਿਹੜਾ ਭਾਗੀਦਾਰ ਹੈ ਹੀ ਨਹੀਂ ਵੱਡੀ ਗਿਣਤੀ 'ਚ, ਉਹਨੂੰ ਤੁਸੀਂ ਵਿਕਟਮ ਆਪਣੇ ਕਿਉਂ ਬਣਾ ਰਹੇ ਆ ਉਹਨਾਂ ਚੀਜ਼ਾਂ ਦੇ? ਇਸ ਕਰਕੇ ਮੇਰਾ ਖਿਆਲ ਹੈ ਆਉਣਾ ਚਾਹੀਦਾ ਇਹ ਹੁਣ ਸਵਾਲ। ਸਭ ਤੋਂ ਮੈਂ ਲਾਸਟ ਗੱਲ ਇਹੀ ਕਹਿਣੀ ਚਾਹੁੰਦਾ, ਇਹ ਧਰਤੀ, ਇਹ ਪਾਣੀ, ਇਹਦੇ ਜਲ ਸਰੋਤ, ਇਹਦੇ ਦਰਖਤ, ਇਹਦੀ ਹਵਾ,
ਇਹ ਜਨਮ ਸਿੱਧ ਸਾਡਾ ਸਾਰੇ ਲੋਕਾਂ ਦਾ ਬਰਾਬਰ ਦਾ ਅਧਿਕਾਰ ਆ। ਇਹ ਨਹੀਂ ਕਿ ਕੁਝ ਇਹਦੀ ਕੋਸਟ ਦੇ ਉੱਤੇ ਆਪਣੀਆਂ ਮੌਜਾਂ ਕਰਨ ਔਰ ਵੱਡੇ ਵੱਡੇ ਪ੍ਰੋਫਿਟ 'ਤੇ ਆਪਣਾ ਕਰਾਕ ਕਰਕੇ ਆਪਣੀਆਂ ਮੌਜ ਮਸਤੀਆਂ ਕਰਨ ਔਰ ਬਾਕੀ ਭੁਗਤਣਾ ਸਾਰਿਆਂ ਨੂੰ ਉਹ ਪਵੇ। ਇਹ ਬਹੁਤ ਦੇਰ ਤੱਕ ਚੱਲੂਗਾ। ਡਾਕਟਰ ਗਰਗ, ਪ੍ਰਸ਼ਨ ਮਨਜੀਤ ਸਿੰਘ ਕਹਿੰਦੇ ਆ ਲੋਕ ਜੀਣਾ ਚਾਹੁੰਦੇ ਆ, ਸਾਰਿਆਂ ਨੂੰ ਪਤਾ ਲੋਕ ਜੀਣਾ ਚਾਹੁੰਦੇ ਆ, ਪਰ ਜਿਹੜੀ ਰਿਪੋਰਟ ਹੈਗੀ ਆ 2018 ਦੀ UN ਦੀ ਵਾਤਾਵਰਨ ਵਿਭਾਗ ਦੀ ਰਿਪੋਰਟ ਹੈ, ਉਹ ਰਿਪੋਰਟ ਇਹ ਦੱਸਦੀ ਵੀ ਕਿ ਹਰ ਇੱਕ ਘੰਟੇ ਵਿੱਚ 800 ਲੋਕ ਮੌਤ ਦਾ ਸ਼ਿਕਾਰ ਹੋ ਰਹੇ ਆ ਪ੍ਰਦੂਸ਼ਣ ਦੀ ਵਜ੍ਹਾ ਕਰਕੇ। 70 ਲੱਖ ਲੋਕ ਹੈ ਉਹ ਸਮੇਂ ਤੋਂ ਪਹਿਲਾਂ ਮੌਤ ਦੀ ਗੋਦ ਵਿੱਚ ਆ ਰਹੇ ਹੈਗੇ ਆ, ਅਤੇ ਲੋਕ ਜੀਣਾ ਚਾਹੁੰਦੇ ਹੈਗੇ ਆ, ਅਤੇ ਇਹ ਰਿਪੋਰਟ ਜਿਹੜੀ ਕਹਿ ਰਹੀ ਹੈਗੀ ਹੈ ਲੋਕਾਂ ਨੂੰ ਫਿਰ ਮਾਰ ਕੌਣ ਰਿਹਾ? ਦੇਖੋ, ਜਿਸ ਤੱਕ ਸਵਾਲ ਹੈ ਨਾ, ਸਾਨੂੰ KP ਜੀ ਦੋ ਗੱਲਾਂ 'ਤੇ ਧਿਆਨ ਰੱਖਣਾ ਪਏਗਾ। ਇੱਕ ਹੈਗਾ ਕਿ ਅਸੀਂ ਬਿਲਕੁਲ ਪੁਰਾਣਾ ਕਹੀਏ ਵੀ ਆਹੀ ਠੀਕ ਸੀ, ਆਹ ਠੀਕ ਸੀ। ਜਿਉਂ ਜਿਉਂ ਵਿਕਾਸ ਹੁੰਦਾ ਹੈ, ਵਿਗਿਆਨ ਦਾ ਨਵੀਂ ਨਵੀਂ ਲੱਭ 'ਤੇ ਮਿਲਦੀ ਹੈ, ਉਹਦੇ ਨਾਲ ਅਸੀਂ ਨਵੀਂ ਟੈਕਨੋਲੋਜੀ, ਨਵੇਂ ਤੌਰ ਤਰੀਕੇ ਅਸੀਂ ਡਿਵੈਲਪ ਕਰਦੇ ਹਾਂ, ਵਿਕਸਿਤ ਕਰਦੇ ਹਾਂ। ਪਰ ਜੇ ਤਾਂ ਉਹ ਤੌਰ ਤਰੀਕੇ ਅਸੀਂ ਵਿਕਸਿਤ ਕਰਦੇ ਹਾਂ ਮੁਨਾਫੇ ਵਾਸਤੇ, ਕੁਦਰਤ ਨਾਲ ਟੱਕਰ ਵਾਸਤੇ, ਤਾਂ ਉਹਦਾ ਨਤੀਜਾ ਨਿਕਲਦਾ ਜੋ ਸਾਡੇ ਸਾਹਮਣੇ ਹੈ। ਜੇ ਅਸੀਂ ਉਹ ਇੱਕ ਸੁਰਤਾ ਦੇ ਨਾਲ ਉਹਨੂੰ ਮੁੜ ਕੇ ਇੱਕ ਸੁਰਤਾ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਵੀ ਨਵੀਂ ਚੀਜ਼ ਹੈ ਉਹਨੂੰ ਉਹਦੇ ਵਿੱਚ ਪਰੋਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਉਹਦਾ ਬੈਲੈਂਸ ਨਾ ਟੁੱਟੇ, ਤਾਂ ਅਸੀਂ ਉਸ ਤੋਂ ਫਾਇਦਾ ਵੀ ਲੈ ਲੈਂਦੇ ਹਾਂ, ਅਤੇ ਉਹ ਫਾਇਦਾ ਜ਼ਿਆਦਾ ਲੋਕਾਂ ਨੂੰ, ਕਿਉਂਕਿ ਪ੍ਰੋਫਿਟ ਦਾ ਕੋਈ ਮੋਟਿਵ ਨਹੀਂ ਹੈ, ਅਤੇ ਨਾ ਉਹਦੇ ਵਿੱਚ ਕੁਦਰਤ ਨਾਲ ਕੋਈ ਟੱਕਰ ਦਾ ਮੋਟਿਵ ਹੈ, ਉਹਦੇ ਵਿੱਚ ਇੱਕ ਸਹੂਲਤ ਲੱਭਣ ਦਾ ਮੋਟਿਵ ਰਹਿ ਜਾਂਦਾ ਸਾਰਿਆਂ ਵਾਸਤੇ, ਉਹ ਵੀ ਕਾਮਨ। ਸੋ ਸਾਡੇ ਸਿਸਟਮ ਦੇ ਵਿੱਚ ਇਹ ਹੋ ਗਿਆ ਕਿ ਅਸੀਂ ਜਿਸ ਨੂੰ ਵਿਕਾਸ ਕਹਿ ਰਹੇ ਹਾਂ, ਅਸੀਂ ਵਿਕਾਸ ਕਹਿ ਰਹੇ ਹਾਂ ਕੰਕਰੀਟ ਦੇ ਜੰਗਲ ਸਾਰਨੇ। ਆਹ ਤੁਸੀਂ ਚਲੇ ਜਾਓ ਇੱਥੋਂ ਰੋਪੜ ਤੋਂ ਲੈ ਕੇ ਬੜਾਚੌਰ ਤੋਂ ਖਾਸ ਕਰਕੇ ਫਗਵਾੜੇ ਤੱਕ ਸੜਕ ਚੌੜੀ ਕਰਨ ਵਾਸਤੇ ਐਡੇ ਐਡੇ ਵੱਡੇ ਦਰੱਖਤ ਜਿਨ੍ਹਾਂ ਦੇ ਐਂ ਜੱਫੀ ਨਹੀਂ ਪਾ ਸਕਦਾ ਕੋਈ, ਦੋ ਬੰਦੇ ਵੀ ਰਲ ਕੇ ਉਹ ਵੱਢ ਚੇ, ਦੂਜਾ ਲਾਉਣਾ ਨਹੀਂ ਬਹਾਨਾ, ਕਾਗਜ਼ਾਂ ਜ਼ਰੂਰ ਕਰਨਗੇ ਵੀ ਅਸੀਂ ਜੇ ਇੱਥੇ ਕਹਿਤਾ ਇੰਨੇ ਦਰਖਤ ਹੋਰ ਲਾਓ, ਇੰਨੇ ਲਾਓ। ਪਰਸੋਂ ਉੱਥੇ ਦੇਖ ਕੇ ਇਸ਼ਤਿਹਾਰ ਆਇਆ ਸੀਗਾ, ਹਾਂਜੀ, ਦਰਖਤ ਵੱਢਣ ਦੀ ਨਿਲਾਮੀ ਹੋ ਰਹੀ, ਬਸ ਬਸ। ਪੰਜਾਬ ਦੇ ਵਿੱਚ 2% ਜੰਗਲ ਰਹਿ ਗਏ ਨੇ। ਪੰਜਾਬ ਦੇ ਵੱਡੇ ਵੱਡੇ ਵੀਰ, ਬੜਬੜ ਦਾ ਵੀਰ, ਲੌਂਗੋਵਾਲ ਦਾ ਵੀਰ, ਸੋਝਾਂ ਦਾ ਵੀਰ ਆ, ਸੰਗਰੂਰ ਜ਼ਿਲ੍ਹੇ 'ਚ, ਬਠਿੰਡੇ ਜ਼ਿਲ੍ਹੇ ਜਿਹਨੂੰ ਰੇਗਿਸਤਾਨ ਕਹਿੰਦੇ ਨੇ, ਉੱਥੇ ਵੀਰ ਸੀਗੇ, ਭਾਵੇਂ ਉਹ ਦੂਜੇ ਜ਼ੀਰੋ ਫਾਈਟ ਕਹਿੰਦੇ ਅਸੀਂ ਆਪਦੀ ਭਾਸ਼ਾ 'ਚ, ਵਿਗਿਆਨ ਦੀ ਭਾਸ਼ਾ 'ਚ, ਯਾਨੀ ਕਿ ਉਹਨਾਂ ਪ੍ਰਾਂਤ ਦੇ ਸੀਗੇ ਜਿਹੜੇ ਕੰਡਿਆਲੇ ਮਤਲਬ ਦਰਖਤ ਸੀਗੇ, ਜੰਡ, ਕਲੀਰ, ਰੇੜੂ, ਉਹ ਸੀਗੇ ਡੇਲੇ, ਹਾਂਜੀ। ਅਤੇ ਉਹਦੇ ਵਿੱਚੋਂ ਸਾਰੇ ਵੀਰ ਵੱਢ ਦਿੱਤੇ ਨੇ। ਹੁਣ ਜਿਹੜਾ ਸ਼ਿਵਾਲਿਕ ਦਾ ਹਿੱਸਾ ਸੀ ਇਹਦੇ ਵਿੱਚੋਂ ਵੀ ਹੁਣ ਸਫਾਇਆ ਸ਼ੁਰੂ ਹੋ ਗਿਆ। ਸੋ ਇੱਕ ਇਕੱਲਾ ਇਹੀ ਨਹੀਂ ਵੀ ਜੈਵਿਕ ਚੀਜ਼ਾਂ, ਇਕੱਲੇ ਦਰਖਤ ਅਸੀਂ ਵੱਢ ਰਹੇ ਹਾਂ, ਅਸਲ 'ਚ ਜ਼ਰੂਰੀ ਟੋਟਲ ਕੁਦਰਤ ਹੈ, ਟੋਟਲ ਸਾਡਾ ਜਿਹੜਾ ਸਿਸਟਮ ਹੈ ਇਹਦੇ 'ਚ, ਚਾਹੇ ਟਿੱਬੇ ਨੇ, ਚਾਹੇ ਟੋਏ ਨੇ, ਚਾਹੇ ਪਹਾੜ ਨੇ, ਚਾਹੇ ਨਦੀਆਂ ਨੇ, ਚਾਹੇ ਦਰਿਆ ਨੇ, ਚਾਹੇ ਜੈਵਿਕ ਸੰਸਾਰ ਹੈ, ਚਾਹੇ ਨਿਰਜੀਵ ਸੰਸਾਰ ਹੈ, ਇਹਨਾਂ ਸਾਰਿਆਂ ਦਾ ਇੱਕ ਸੁਮੇਲ ਹੈ। ਜੇ ਤੁਹਾਡੀਆਂ ਚਰਗਾਹਾਂ ਮੁੱਕਣਗੀਆਂ, ਜੇ ਤੁਹਾਡੀਆਂ ਵੈਟਲੈਂਡਸ ਮੁੱਕਣਗੀਆਂ, ਤਾਂ ਵੀ ਤੁਹਾਡੇ ਉੱਤੇ ਕ੍ਰਾਈਸਿਸ ਆਏਗਾ। ਸੋ ਇਹਨਾਂ ਸਾਰਿਆਂ ਦਾ ਇੱਕ ਸੁਮੇਲ ਆ, ਉਹਨੂੰ ਅਸੀਂ ਤੋੜ ਰਹੇ ਹਾਂ, ਉਹਨੂੰ ਤੋੜ ਰਹੇ ਹਾਂ ਇਸ ਗੱਲ ਦੇ ਵਾਸਤੇ ਕਿ ਜਿਹੜਾ ਨਵਾਂ ਮਾਡਲ ਕਾਰਪੋਰੇਟ ਦਾ ਪਹਿਲਾਂ ਇੰਨੀ ਤੇਜ਼ੀ ਨਾਲ ਨਹੀਂ ਟੁੱਟ ਰਿਹਾ ਸੀ, ਉਸ ਨੇ ਸਾਡਾ ਜੀਵਨ ਪੱਧਤੀ ਦਾ ਤਰੀਕਾ ਬਦਲਤਾ। ਇੱਕ ਤਾਂ ਉਹਨੇ ਬਿਨਾਂ ਮਤਲਬ ਦੀ ਬੇਲੋੜੀ ਡਿਮਾਂਡ ਕ੍ਰੀਏਟ ਕਰਤੀ, ਇਸ ਕਰਕੇ ਕਿ ਉਹ ਆਪਦੇ ਰਿਸੋਰਸਿਸ ਇਕੱਠੇ ਕਰਨਾ ਚਾਹੁੰਦਾ, ਆਪਦੇ ਕੋਲ ਪ੍ਰੋਫਿਟ ਵਧਾਉਣਾ ਚਾਹੁੰਦਾ, ਉਹਦੇ ਵਾਸਤੇ ਬੇਲੋੜੀ ਡਿਮਾਂਡ ਕਰਦਾ, ਉਹਦੇ ਵਿੱਚ ਉਹ ਪੈਦਾ ਕਰਦਾ ਵੀ ਤੁਸੀਂ ਵਰਤੋਂ 'ਤੇ ਸੁੱਟੋ ਕਲਚਰ, ਵੀ ਹਰ ਚੀਜ਼ ਨੂੰ ਬਸ ਹੋਣੀ ਲਾ ਲਾ ਕੇ ਸੁੱਟੀ ਜਾਓ, ਸੁੱਟੀ ਜਾਓ, ਸੁੱਟੀ ਜਾਓ, ਵੇਸਟੇਜ। ਸੋ ਸਾਡਾ ਜਿਹੜਾ ਪਹਿਲਾਂ ਸੀ, ਵਰਤੋਂ, ਘੱਟ ਵਰਤੋਂ, ਮੁੜ ਵਰਤੋਂ, ਰਿਪੇਅਰ ਕਰਕੇ, ਮੁਰੰਮਤ ਕਰਕੇ ਵਰਤੋਂ, ਵਰਤ ਕੇ ਪੁਨਰ ਸਾਈਕਲੀਕਰਨ, ਪੁਨਰ ਚੱਕਰੀਕਰਨ ਕਰਕੇ ਫਿਰ ਵਰਤੋਂ, ਉਹ ਜਿਹੜਾ ਕੁਦਰਤ ਇਹੀ ਕੰਮ ਸਿਸਟਮ ਚੱਲ ਰਿਹਾ ਕਿ ਇੱਕ ਚੀਜ਼ ਟੁੱਟਦੀ ਹੈ ਦੂਜੀ ਹੈ। ਔਰ ਇਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਹੁਤ ਸੋਹਣੀ ਉਦਾਹਰਣ ਹੈ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਈਵਨ ਮਨੁੱਖੀ ਸਰੀਰ ਕਿਵੇਂ, ਕਹਿੰਦੇ ਜਦ ਇੱਥੇ ਜੋਪਤਾਲਪੁਰੀ ਤੋਂ ਉੱਥੇ ਇੱਕ ਸ਼ਬਦ ਗਾਇਨ ਕਰਦੇ ਨੇ, ਉਹ ਫੁੱਲ ਪਾਉਣ ਜਾਂਦੇ ਨੇ ਲੋਕ, ਪਵਨ ਹੈ ਮੈਂ ਪਵਨ ਸਮਾਇਆ, ਜਲ ਕਾ ਜਲ ਹੂਆ ਰਾਮ, ਯਾਨੀ ਕਿ ਹਰ ਚੀਜ਼ ਜਦ ਟੁੱਟ ਭੱਜ ਕੇ ਮੁੜ ਕੇ ਉਸੇ ਬ੍ਰਹਿਮੰਡ 'ਚ ਮਿਲ ਜਾਂਦੀ ਹੈ, ਉਸੇ ਬ੍ਰਹਿਮੰਡ 'ਚੋਂ ਨਵੀਆਂ ਚੀਜ਼ਾਂ ਉਹਦਾ ਨਵਾਂ ਰੂਪ ਬਣੀ ਜਾਂਦਾ। ਸੋ ਅਸੀਂ ਉਹ ਜਿਹੜਾ ਟੁੱਟ ਭੱਜ ਕੇ ਮੁੜ ਕੇ ਬ੍ਰਹਿਮੰਡ 'ਚ ਮਿਲਣਾ ਹੈ, ਉਹੋ ਜਿਹੀਆਂ ਚੀਜ਼ਾਂ ਬਣਾ ਨਹੀਂ ਰਹੇ, ਉਹਦਾ ਟਾਈਮ ਇੰਨਾ ਲੰਬਾ ਕਰਤਾ, ਚਾਹੇ ਉਹ ਪਲਾਸਟਿਕ ਹੈ, ਚਾਹੇ ਉਹ ਕਈ ਅਜਿਹੀਆਂ ਧਾਤਾਂ ਨੇ ਜਿਹਦੇ ਕਰਕੇ ਗੜਬੜ ਹੋ ਰਹੀ ਹੈ। ਇੱਕ ਲਾਈਨ 'ਚ ਮੈਂ ਕਹਾਂਗਾ, ਪੰਜਾਬ ਦਾ ਹਾਲ ਜੇ ਮੈਂ ਦੇਖਾਂ, ਤੁਸੀਂ ਬਿਮਾਰੀਆਂ ਦੀ ਗੱਲ ਕਰੀ ਸੀ, 50,000 ਕੈਂਸਰ ਦਾ ਤਾਂ ਹੈਗੀ ਹੈ, 59,785 ਮਰੀਜ਼ ਕਾਲੇ ਪੀਲੀਏ ਦੇ ਨੇ, ਉਹ ਇਸ ਇਨਵਾਇਰਮੈਂਟ ਨਾਲ ਪਾਣੀ ਖਰਾਬ ਹੋਣ ਕਰਕੇ, ਉਹਦਾ ਹੋਰ ਕੋਈ ਰੀਜ਼ਨ ਹੀ ਨਹੀਂ ਹੈ ਕਿ ਪਾਣੀ ਖਰਾਬ ਹੋਇਆ, ਦੂਜਾ ਪੀਲੀਆ ਹੋਇਆ, ਉਸ ਤੋਂ ਟੀਕੇ ਲੱਗੇ, ਉਹ ਤੋਂ ਹੀ ਪੀਲੀਆ ਹੋਇਆ। ਸੋ ਇਸ ਪਾਸੇ ਨੂੰ ਅਸੀਂ ਜਾ ਠੀਕ ਹੈ। ਹਮੀਰ ਸਿੰਘ ਜੀ, ਪਾਣੀ ਸਭ ਤੋਂ ਜ਼ਿਆਦਾ ਭਾਰਤ ਕੋਲ ਆ ਪੂਰੇ ਵਿਸ਼ਵ ਦੇ ਵਿੱਚ, ਜੇ ਜਿਹੜੇ ਅੰਕੜੇ ਹੁਣ ਪਿੱਛੇ ਜਾਏ ਹੈਗੇ ਆ, ਜਿਹੜਾ ਜੰਗਲ ਹਿੱਟ ਰਕਬਾ ਉਸਦੇ ਵੀ ਅੰਕੜੇ ਆ ਹੈਗੇ ਆ, ਚਾਈਨਾ ਤੋਂ ਅਸੀਂ ਅੱਗੇ ਖੜੇ ਹੈਗੇ ਹਾਂ, ਉਸ ਦੇ ਬਾਵਜੂਦ ਇਨਵਾਇਰਮੈਂਟ ਦੀ ਸਮੱਸਿਆ ਸਾਡੇ ਕੋਲ ਜ਼ਿਆਦਾ ਕਿਉਂ ਦਿਖਦੀ ਪਈ ਹੈ? ਸਾਡੇ ਹੀ ਪ੍ਰਦੂਸ਼ਣ ਸ਼ਹਿਰ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ, ਇਹਦੀ ਵਜ੍ਹਾ ਕੀ ਹੈ?
ਸਾਡੇ ਇੱਕ ਤਾਂ ਬਹੁਤ ਜ਼ਿਆਦਾ ਜਿਹੜੇ ਜਿਹੜਾ ਤੌਰ ਤਰੀਕਾ ਇਸ ਮਾਡਲ ਦਾ ਵੀ ਉਹ ਵੀ ਅਨਪਲਾਨਡ ਹੈ, ਗੈਰ ਨਿਯੋਜਿਤ ਹੈ, ਜਿਸ ਟਾਈਪ ਦਾ ਵੀ ਜਿਹੋ ਜਿਹਾ ਵੀ ਬਣਦਾ, ਜਿੱਥੇ ਮਰਜ਼ੀ ਕੋਈ ਕਲੋਨੀਆਂ ਪਾਵੇ, ਜੋ ਮਰਜ਼ੀ ਕਰੇ ਅਤੇ ਸਾਰਾ ਕੁਝ ਹੈ। ਵੈਸੇ ਤਾਂ ਭਾਰਤ ਦਾ 50% ਹਿੱਸਾ ਪਿਛਲੇ ਕਈ ਸਾਲਾਂ ਤੋਂ ਸੋਕੇ ਦੀ ਮਾਰ ਹੇਠ ਹੈ, ਔਰ ਕਿੰਨੇ ਹੀ ਬੜਾ ਵੱਡਾ ਸਵਾਲ ਹੈ ਕਿ 4-4, 5-5 ਕਿਲੋਮੀਟਰ ਪੀਣ ਵਾਲੇ ਪਾਣੀ ਦੀਆਂ ਲਾਈਨਾਂ 'ਚ ਔਰਤਾਂ ਅਤੇ ਬੱਚੇ ਖੜ੍ਹੇ ਨੇ, ਅਤੇ ਉਹ ਸ਼ਾਮ ਤੱਕ 2 ਕੇਵਲ ਬਾਲਟੀਆਂ ਭਰ ਕੇ ਲਿਜਾਂਦੇ ਨੇ ਜੇਕਰ ਕੋਈ ਆ ਜਾਏ। ਉਹ ਹਾਲਤ ਹੈ ਪੰਜਾਬ ਦੀ। ਹਾਲਤ ਤੁਸੀਂ ਦੇਖ ਲਓ, ਪੰਜਾਬ ਤਾਂ ਅੰਮ੍ਰਿਤ ਵਰਗਾ ਪਾਣੀ ਸੀ ਨਾ ਧਰਤੀ 30 ਸਾਲ ਪਹਿਲਾਂ ਤੱਕ, ਉੱਪਰ ਕੋਈ ਡੂੰਘਾ ਬੋਰ, ਕੋਈ ਕੂਈ, ਕੋਈ ਕਰਨ ਦੀ ਲੋੜ ਨਹੀਂ ਸੀ। ਜਿਸ ਢੰਗ ਨਾਲ ਅਸੀਂ ਐਵਰੇਜ ਪਿਛਲੇ 15 ਸਾਲਾਂ ਦੇ ਵਿੱਚ ਔਸਤਨ 40,000 ਨਵਾਂ ਟਿਊਬਵੈੱਲ ਲੱਗਿਆ ਹਰ ਸਾਲ, ਕਦੇ 1.5 ਲੱਖ ਲੱਗ ਗਿਆ, ਕਦੇ 20,000 ਲੱਗ ਗਿਆ, ਕਦੇ ਔਸਤ ਜੇਕਰ ਤੁਸੀਂ ਕੱਢਦੇ ਹੋ 14.5 ਲੱਖ ਟਿਊਬਵੈੱਲ ਲਗਾਤਾਰ ਚੱਲ ਰਿਹਾ ਹੇਠ ਉਸ ਪੱਧਰ ਦੇ ਉੱਤੇ। ਦਰਿਆ ਸੁੱਕ ਚੁੱਕੇ ਨੇ ਲਗਭਗ, ਗੰਦੇ ਨਾਲੇ ਨੇ ਪ੍ਰੈਕਟੀਕਲੀ, ਜੇਕਰ ਉਸ ਦਿਨ ਨਾ ਮਤਲਬ ਜਦੋਂ ਮੌਨਸੂਨ ਦਾ ਟਾਈਮ ਆਉਂਦਾ ਉਦੋਂ ਮਾੜਾ ਮੋਟਾ ਪਾਣੀ ਆਉਂਦਾ, ਬਾਕੀ ਪਾਣੀ ਉਸ ਪੱਧਰ ਦੇ ਉੱਤੇ ਨਹੀਂ ਆਉਂਦਾ। ਔਰ ਸਾਰੇ ਪਾਸੇ ਜਿਹੜੀ ਇਸ ਲੈਵਲ ਦੀ ਬੇਧਿਆਨੀ ਆ, ਔਰ ਇਹ ਵੀ ਨਹੀਂ ਕਿ ਬੇਧਿਆਨੀ ਹੈ, ਬੰਦਿਆਂ ਦੇ 1980 ਤੋਂ ਬਾਅਦ 1985 'ਚ ਜਿਹੜੀ ਪਹਿਲੀ ਕਮੇਟੀ ਬਣੀ ਜਿਹਨੇ ਕਿਹਾ ਕਿ ਪੰਜਾਬ ਬਹੁਤ ਖਤਰਨਾਕ ਪਾਸੇ ਜਾ ਰਹੇ ਹੈ, ਉਦੋਂ ਬਾਅਦ ਵੀ ਪੋਲਿਸੀ 'ਚ ਕੋਈ ਚੇਂਜ ਨਹੀਂ ਹੈ, ਨਾ ਗੌਰਮੈਂਟ ਆਫ ਇੰਡੀਆ ਦੀ ਆ ਨਾ ਇੱਥੇ ਹੈ। ਜਦੋਂ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਇਹ ਗੱਲ ਕਰਦੇ ਨਾ ਕਿ ਸਮਾਜ ਅੱਗੇ ਆਵੇ, ਸਮਾਜ ਨੂੰ ਅੱਗੇ ਆਉਣਾ ਚਾਹੀਦਾ, ਪਰ ਸਮਾਜ ਕੁਝ ਫੈਸਲੇ ਲੈਣ ਲਈ ਕੁਝ ਡੈਲੀਗੇਟ ਚੁਣਦਾ, ਨੁਮਾਇੰਦੇ ਚੁਣਦਾ, ਪੋਲਿਸੀ ਮੇਕਰ ਚੁਣਦਾ, ਔਰ ਜੇ ਪੋਲਿਸੀ 'ਚ ਚੇਂਜ ਨਹੀਂ ਆਉਂਦੀ ਤਾਂ ਤੁਸੀਂ ਬਹੁਤ ਵੱਡਾ, ਕਿਉਂਕਿ ਟੈਕਨੋਲੋਜੀ ਕਿਹੋ ਜਿਹੀ ਪੈਦਾ ਕਰਨੀ ਹੈ ਇਹ ਡਿਸਾਈਡ ਕੌਣ ਕਰਦਾ, ਕਿਹੜੀ ਡਾਇਰੈਕਸ਼ਨ 'ਚ ਜਾਏਗੀ ਇਹ ਡਿਸਾਈਡ ਕਰੋ, ਉਹਦੇ ਲਈ ਪੈਸਾ ਜ਼ਰੂਰੀ ਹੈ, ਉਹਦੇ ਲਈ ਯੂਨੀਵਰਸਿਟੀਆਂ ਨੂੰ ਫੰਡਿੰਗ ਜ਼ਰੂਰੀ ਹੈ, ਪ੍ਰੋਜੈਕਟ ਸਪੈਸੀਫਿਕ ਜ਼ਰੂਰੀ ਹੈ, ਔਰ ਕਿਹੋ ਜਿਹੀ ਟੈਕਨੋਲੋਜੀ ਚਾਹੀਦੀ ਹੈ ਇਹ ਵੀ ਉਹ ਤੈਅ ਕਰਦਾ ਜਿਹੜਾ ਪਾਵਰਫੁੱਲ ਹੈ, ਜਿਹੜਾ ਪਾਵਰ ਦੇ ਵਿੱਚ ਬੈਠਾ ਕੋਈ ਵਿਅਕਤੀ ਹੈ, ਪਾਰਟੀ ਹੈ ਜਾਂ ਕੋਈ ਅਥਾਰਟੀ ਹੈ। ਇਸ ਕਰਕੇ ਉਹਨਾਂ ਨੂੰ ਛੱਡ ਦੇਣ ਦਾ ਕੁਐਸਚਨ ਨਹੀਂ, ਉਹਨਾਂ ਨੂੰ ਮਜਬੂਰ ਕਰਨ ਦਾ ਕੁਐਸਚਨ ਹੈ, ਜਾਂ ਤਾਂ ਉਹ ਮਜਬੂਰ ਹੋਣ ਕਿ ਪੋਲਿਸੀ ਪ੍ਰੈਜੈਂਟ ਸਿਚੁਏਸ਼ਨ ਦੇ ਮੁਤਾਬਕ ਜਿਹੜੀ ਰੋਂਗ ਸਰਪਟ ਦੌੜ ਰਹੀ ਹੈ ਇਹਨੂੰ ਠੀਕ ਪਾਸੇ ਵੱਲ ਲਾਇਆ ਜਾਏ, ਜੇ ਨਹੀਂ ਕਰਦੇ ਤਾਂ ਇਸ ਏਜੰਡੇ 'ਤੇ ਬਦਲਿਆ। ਮੈਕਸੀਕੋ ਦੇ ਵਿੱਚ ਇੱਕ ਇਲੈਕਸ਼ਨ ਹੋਈ ਹੈ, ਉਦੋਂ ਹੀ ਜਦੋਂ ਟਰੰਪ 2,000 ਕਿਲੋਮੀਟਰ ਲੰਮੀ ਸੜਕ ਕੰਧ ਬਣਾ ਰਿਹਾ ਕਿ ਇੱਧਰੋਂ ਦੀ ਵਗ ਜਾਓ, ਟੋਟਲ ਇਨਵਾਇਰਮੈਂਟ 'ਤੇ ਇਲੈਕਸ਼ਨ ਹੋਈ ਹੈ ਅਤੇ ਪ੍ਰੈਜੀਡੈਂਟ ਜਿੱਤੇ ਹੈ, ਔਰ ਇੱਕ ਨਵਾਂ ਟ੍ਰੈਂਡ ਹੈ। ਸਾਡੇ ਇਨਵਾਇਰਮੈਂਟ ਮੁੱਦਾ ਹੀ ਨਹੀਂ, ਸਾਡੇ ਕੋਲ ਵਾਤਾਵਰਨ ਦਾ ਸਵਾਲ ਹੀ ਨਹੀਂ ਸਵਾਲ ਉਸ ਪੱਧਰ 'ਤੇ। ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਫਿਰ ਤੋਂ ਵਾਪਸ ਆਵਾਂਗੇ। ਏਸੀ ਫ੍ਰਿਜ ਵਾਲਾ ਸਵਾਲ ਆ ਜਿਹੜਾ ਬਾਕੀ ਹੈਗਾ, ਵਾਤਾਵਰਨ ਨੂੰ ਬਚਾਉਣਾ ਕਿਵੇਂ ਹੈਗਾ, ਚੁਗਰਦਾ ਬਚਾਉਣਾ ਕਿਵੇਂ ਹੈਗਾ, ਉਸ ਲਈ ਸਿਰ ਕਿਵੇਂ ਜੋੜਨਾ ਪਵੇਗਾ, ਕਿਵੇਂ ਜੋੜਨਾ ਪਵੇਗਾ, ਇਹ ਜਿਹੜੇ ਸਿਆਸਤਦਾਨ ਹੈਗੇ ਆ ਇਹ ਅੱਜ ਸੁਨੇਹੇ ਤਾਂ ਦੇ ਰਹੇ ਆ ਵੱਡੇ ਵੱਡੇ, ਸੋਸ਼ਲ ਮੀਡੀਆ ਤੁਸੀਂ ਦੇਖ ਸਕਦੇ ਹੋ ਇਹਨਾਂ ਸੁਨੇਹੇ ਬੜੇ ਵੱਡੇ ਵੱਡੇ ਦਿੱਤੇ ਹੈਗੇ ਆ, ਪਰ ਇਹਨਾਂ ਸੁਨੇਹਿਆਂ 'ਤੇ ਅਮਲ ਕਰਨ ਦੇ ਲਈ ਇਹਨਾਂ ਨੇ ਕੀ ਯੋਜਨਾ ਬਣਾਈ ਹੈਗੀ ਆ, ਉਸ 'ਤੇ ਸਵਾਲ ਹੈਗਾ। ਜੇ ਇਨਵਾਇਰਮੈਂਟ ਸਾਡਾ ਚੰਗਾ ਨਹੀਂ ਹੋਵੇਗਾ, ਸਾਡਾ ਟੂਰਿਜ਼ਮ ਵੀ ਖਰਾਬ ਹੋ ਜਾਵੇਗਾ। ਜਿਹੜੀਆਂ ਤਸਵੀਰਾਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਤੁਸੀਂ ਖਿੱਚ ਕੇ ਪਾਇਆ ਕਰੋ ਸੋਸ਼ਲ ਮੀਡੀਆ 'ਤੇ, ਜੇ ਇਨਵਾਇਰਮੈਂਟ ਚੰਗਾ ਹੋਵੇਗਾ ਤਾਂ ਹੀ ਸਾਡਾ ਟੂਰਿਜ਼ਮ ਵਧੇਗਾ, ਜੋ ਟੂਰਿਜ਼ਮ ਦੀ ਗੱਲ ਹੁੰਦੀ ਹੈ ਫਿਰ ਇਨਵਾਇਰਮੈਂਟ ਚੰਗਾ ਦੇਣਾ ਪਵੇਗਾ। ਫਿਰ ਤੋਂ ਵਾਪਸ ਆ ਰਹੇ ਹੋਰ ਸਵਾਲ ਹੋਣਗੇ ਜ਼ਰੂਰ। ਸਵਾਲ ਅਸੀਂ ਇੱਕੋ ਪੁੱਛ ਰਹੇ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਚਰਚਾ ਦੇ ਵਿੱਚ, ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਧਰਤੀ ਨੂੰ ਬਚਾਉਣ ਦਾ ਅਹਿਦ ਕੌਣ ਲਵੇਗਾ? ਆਲੂਵਾਲੀਆ ਸਾਹਿਬ, ਏਸੀ ਫਰਿੱਜਾਂ ਦੀ ਮੈਂ ਗੱਲ ਕਰ ਰਿਹਾ ਸੀਗਾ, ਏਸੀ ਫਰਿੱਜਾਂ ਦੇ ਨਾਲ ਮੈਂ ਜਿਹੜਾ ਈ ਕਚਰੇ ਦੀ ਵੀ ਗੱਲ ਹੋਈ ਹੈ, ਪ੍ਰੋਫੈਸਰ ਮਨਜੀਤ ਸਿੰਘ ਹਰਾਂ ਨੇ ਚੁੱਕੀ ਸੀਗੀ, ਐਟਮੀ ਕਚਰਾ ਉਹਦੀ ਵੀ ਗੱਲ ਹੋਈ ਹੈ, ਉਸ ਤੋਂ ਬਚਿਆ ਕਿਵੇਂ ਜਾਵੇਗਾ? ਸਾਡੇ ਤਾਂ ਕੂੜਾ ਹੀ ਕੂੜਾ ਬਹੁਤ ਜ਼ਿਆਦਾ ਹੋ ਰਿਹਾ। ਸਾਇੰਸ ਐਂਡ ਟੈਕਨੋਲੋਜੀ ਪ੍ਰੋਬਲਮਸ ਦਿੰਦੀ ਹੈ ਪਰ ਸੋਲਿਊਸ਼ਨਸ ਵੀ ਦਿੰਦੀ ਹੈ। Amartya Sen said very rightly, solution to all problems lies in democracy and education. Now, agar education fail ho gayi, honestly, University Grants Commission ne compulsory kita siga ke environment ek subject hoega. Te o khali matra ek chonchla ban ke reh gaya hai, te ਕਿੱਥੇ ਪੜ੍ਹਾਉਂਦੇ ਨੇ, ਕਿਸੇ ਚੰਗੀ ਤਰ੍ਹਾਂ ਪੜ੍ਹਾਉਂਦੇ ਨੇ, ਕਿਸੇ ਇੰਝ ਹੀ ਫਾ ਸਿਆਪਾ ਮੁਕਾ ਕੇ ਪਰੇ ਕਰਦੇ ਨੇ, ਅਤੇ ਪੁੱਛੋ ਤਾਂ ਕਹਿੰਦੇ ਸਾਡੇ ਕੋਲ ਤਾਂ ਇਨਵਾਇਰਮੈਂਟ ਦਾ ਟੀਚਰ ਨਹੀਂ ਹੈਗਾ। ਫਿੱਟੇ ਮੂੰਹ ਪੜ੍ਹਾਉਣ ਵਾਲਿਆਂ ਦੇ ਅਤੇ ਸਕੂਲਾਂ ਅਤੇ ਕਾਲਜਾਂ ਵਾਲਿਆਂ ਦੇ, ਹਰ ਕੋਈ ਜੇ ਪ੍ਰਾਣੀ ਜਿਹੜਾ ਇੱਥੇ ਪੈਦਾ ਹੋਇਆ ਉਹ ਇਨਵਾਇਰਮੈਂਟਲਿਸਟ ਹੈ। ਉਹ ਮਾੜੀ ਮੋਟੀ ਓਨੀ ਤਾਂ ਆਉਣੀ ਚਾਹੀਦੀ ਹੈ ਤੁਹਾਨੂੰ ਇਨਵਾਇਰਮੈਂਟ, ਕਿ ਤੁਸੀਂ ਪੜ੍ਹਾ ਸਕੋ ਅਤੇ ਗੱਲ ਕਰ ਸਕੋ। ਅਤੇ ਬਾਕੀ ਡੈਮੋਕ੍ਰੇਸੀ ਵੀ ਇਸ ਹਿਸਾਬ 'ਤੇ ਫੇਲ ਹੋਈ ਹੈ। ਕਿਵੇਂ ਹਿੰਮਤ ਹੋਈ ਸਾਡੇ ਸਾਰੇ ਦੇ ਸਾਰੇ ਰਾਜਨੇਤਾ ਦੀ ਕਿ ਉਹਨਾਂ ਨੇ ਇਨਵਾਇਰਮੈਂਟ ਦਾ ਇਸ਼ੂ ਹੀ ਨਹੀਂ ਚੁੱਕਿਆ? ਉਹਨਾਂ ਨੇ ਪ੍ਰਿਜ਼ਿਊਮ ਕੀਤਾ ਕਿ ਅਨਪੜ੍ਹ ਲੋਕ ਨੇ ਇਹ ਅਵੇਕਣ ਨਹੀਂ ਹੈਗੇ, ਸਾਨੂੰ ਇਹਨਾਂ ਨੇ ਪੁੱਛਣਾ ਨਹੀਂ ਹੈ। ਅਦਰਵਾਈਜ਼ ਆਈਡੀਅਲ ਸਿਚੁਏਸ਼ਨ ਇਹ ਹੋਣੀ ਚਾਹੀਦੀ ਸੀਗੀ, ਪੜ੍ਹੀ ਲਿਖੀ ਜਨਤਾ ਹੋਏ ਜਾਂ ਨਾ ਹੋਏ, ਪਰ ਸਮਝਦਾਰ ਜਨਤਾ ਇਹਨਾਂ ਨੂੰ ਪੁੱਛਦੀ ਕਿ ਭਾਈ ਵੋਟ ਮੰਗਣ ਆਇਓ,
साडे एनवायरमेंट लई तुसीं की कर रहे हो, नहीं तो साडा छित्तर ते तुसीं असीं तुहानूं वोट नहीं दी, दफा हो जाओ, किसी ने कहा ही नहीं। वो उधर फोकस इलेक्शन वेले कुछ होर हुंदा है, तो सरकारां बनन दे बाद फोकस वो हुंदा है। वो वड्डे वड्डे दो तीन ने, मैं उन्होंने नाँ नहीं लैना चाहता, इहो जिहे भी ने जिहड़े जमीन होण ते ही उन्हां दी यूनिवर्सिटी एमिनेंट हो जाती है। मैं नहीं अज तक वेख्या कोई बच्चा पढ़दे ही प्रोफेसर हो जाए, तो यह भी हो सकता है साडे देश च। ते पढ़ाई थोड़ी सी मेरे ख्याल से सानूं बहुत बेसिक एलीमेंट्री एजुकेशन बहुत सीरियसली लैण दी लोड़ है, ते सानू अपनी डेमोक्रेसी भी बहुत ज़्यादा जे सिक्ख्या पक्षों असी पछड़ रहे हैं आलू साहब जिवें तुसी कह रहे हो, सेहत पक्षों फिर असी अपने आप पछड़ रहे हैं। सिक्ख्या साडा सिस्टम असी अपना ओरिजिनल सिस्टम तो छड़ता, वैसटर्न सिस्टम अपनाया, तो यूनिवर्सिटी ग्रांट्स कमीशन तुहाडे कोल है, बिल्कुल फेल होया, पुछण वाला नहीं कोई। हुण खबर पढ़ी सी कि पिछले 10 सालों दी पीएचडी डिग्रियां ती इनक्वायरी बैठन वाली है। ऐसे साढ़े देश किन्नी सारियां यूनिवर्सिटियां ने प्राइवेट बनिया ने, पूरी परमिशन नाल बनिया ने, ते बनिया किवें ने, डिग्रियां छापनिया वेचनिया, डिग्रियां बिकदियां ने साढ़े देश च। साढ़े देश च प्राइवेट यूनिवर्सिटियां बनदियां ने जिथे एक टीचर असिस्टेंट प्रोफेसर 25,000 रुपया लेंदा है, जो एक सरकारी ईवन पियोन जो है 50 ले जाता अजकल। ठीक है अलवर साहब, एक सोशल मीडिया से बड़ी मुहिम चलती पी हैगी है, एसी नाच वरतो, तुसी शेविंग ना करो, ये भी मुहिम चले, ओजन नू असर पै रहा है। आइडियली आइडियली किवें रोकया जा सकता 50 डिग्री टैंपरेचर 46 डिग्री टैंपरेचर एसी तो बिना किवें रवे बंदा? एसी तुहाडा काम ही नहीं करना 50 ते 50 डिग्री टैंपरेचर च तुसी एसी चला के वेखो किन्ना ठंडा हुंदा है। चलेगा तो सिर्फ ताई चलेगा जे तुहाडी हरियाली बहुत है, हरियाली दे नाल कूलर बहुत वधिया चलेगा। जे हरियाली है तो पक्खा भी बहुत चंगा चलेगा, जे हरियाली है तो बारिश होएगी, तो बारिश है तो हरियाली होएगी, एक साइकिल है। जे तुसी बारिश का पानी बिल्कुल वेस्ट करने लई तैयार हो, उन्हों हारवेस्ट नहीं करते, उसके बाद कहते जी सुखा पै गया, वो कदे सुखे वाले इलाके च भी बारिश आती है, ये नहीं कि बिल्कुल 100% रेनलैस कोई एरिया नहीं है। तुसी जो आती है तुसी उसका स्वागत करके उन्हों क्यों नहीं स्टोर कर सकते, क्यों नहीं प्रिजर्व कर सकते, कंजर्व कर सकते? ये बेसिक एजुकेशन है जे साढ़े 100 साल पहले लोगों से हर पिंड वड़े वड़े तालाब से वो पानी उन्होंने इस्तेमाल करते थे। असी अजकल पानी वो सारा बह गया, और प्रेस वाले पूछेंगे अजी बारिश क्यों नहीं आई, देखा बारिश क्यों आए, तुसी कंक्रीट टावर्स बनाए ने, ईवन पूरे साउथ चंडीगढ़ च सारे के सारे डेंसिटी ऑफ कंक्रीट इज टू मच, एंड ग्रीनरी नॉर्थ च हैगी। चंडीगढ़ चीज वेख लो कदे कदे बारिश इधर होंगी ही नहीं, 2 हफ्ते हो गए जी इधर नहीं बारिश हो, उधर हो गई, इतने मौसम बड़ा सुहावना रहता है किसी टाइम। या तो सिचुएशन मेरे ख्याल से अर्बन प्लानिंग बड़ी हैफजर्ड से अनसाइंटिफिक हुई, तो साड़ी एग्रीकल्चरल प्रैक्टिसेस भी बिल्कुल अनवाइज से मैं ऐसे सवाल तो ना अलवर साहब मैं रोक रहा हूँ। अमीर सिंह जी, तुसीं एग्रीकल्चर ते बड़ा काम किया है, हमेशा किसान नूं मोहरा बना दिता जाता, जदों पैसीसाइड का रौला पैंदा उदों कहिंदे कि वातावरण इन्होंने खराब करता, पराली नूं अग लाती उदों ही वातावरण खराब करता, किसान इस दे लई किस हद तक जिम्मेवार है किसान नूं पता नहीं? एक मैं नाल ही पहला ये गल करनी जरूर चाहुंदा कि साडा जदों डिवेलपमेंट का मॉडल हुंदा ना उच तुहाडे घरां दी बनतर किहो जी होएगी, उहदे च तुहाडा रहन सहन का टोटल सिस्टम, तुसीं किहो जे जुत्ते पहनोगे, तुसीं किहो जे कपड़े पहनोगे, ये सदियां तो एवोल्यूट हुंदा है, सहज विकास हुंदा है हर खेतर का। रेगिस्तान वाले बंदे ने रेगिस्तान मुताबक रहना सीखिया, पहाड़ी बंदे ने पहाड़ मुताबक रहना सीखिया, जमीनी बंदे ने जमीन मुताबक रहना सीखिया। वो जिहड़ी वन सवन्नता है कुदरत दी उहदे च ही टिकाऊ पाणा है, वह हुण रौंद दित्ती जा रही है सारे पासे, वह वन सवन्नता का मलिया मेट किया जा रहा, सहज विकास का तौर तरीका खत्म हो रहा है, सोच चो दे विचों भी और अमल दे विचों भी। जिहड़ा खेती का पैटर्न भी है खेती का पैटर्न दे विच भी जिहड़ी वन सवन्नता सी वह किसान ने नहीं उहनूं बर्बाद किया, क्योंकि देश नूं जरूरत सी अन्न भंडार की, पॉलिसी यह बनाती कि सानूं अनाज की जरूरत है कणक ते झोने की, कणक ते झोने की एम एस पी डिसाइड करनी शुरू करती, तो उसकी खरीद की गरंटी कि दाणा दाणा चक्या जाएगा, अज भी दाणा दाणा चक्या जा रहा है, पर बाकी दी जिहड़ी 23 फसलों की एम एस पी हुंदी है 21 फसलों की 2 तो इहदा तो बिना वो दाणा दाणा तो की रुल रहा है सड़कों के उत्ते, तो कोई वह खरीददार नहीं है, तो कितने नहीं है। नीति घाड़े ने किसान नीति घाड़ा गुणा गुणा असी
ਬਲੇਮ ਦਾ ਵਿਕਟਮ ਇੱਕ ਥਿਉਰੀ ਹੈ ਕਿ ਪੀੜਤ ਨੂੰ ਬਲੇਮ ਕਰੀ ਜਾਓ, ਤੂੰ ਨਿਕੰਮਾ ਹੈ, ਤੈਨੂੰ ਸਮਝ ਨਹੀਂ, ਤੇਰੇ ਤੇ ਬੇਅਕਲ ਹੈ, ਤੈਨੂੰ ਪਤਾ ਹੀ ਨਹੀਂ ਹੈ। ਔਰ ਤੁਸੀਂ ਜਿਹੜੇ ਆਪਦੇ ਆਪ ਨੂੰ ਸਿਆਣੇ ਵੀ ਖਵਾਈ ਜਾਓ ਤੇ ਆਪਦੇ ਆਪ ਨੂੰ ਨਸੀਹਤ ਕਰਤਾ ਵੀ ਦਿਖਾਈ ਜਾਓ ਤੇ ਆਪਣੇ ਆਪ ਨੂੰ ਇਹ ਵੀ ਕਹਾਈ ਜਾਓ, ਦੇਖੋ ਮੈਂ ਤਾਂ ਬਹੁਤ ਵਧੀਆ, ਮੈਂ ਕੋਈ ਕ੍ਰਾਈਮ ਨਹੀਂ ਕੀਤਾ। ਇਹ ਥਿਉਰੀ ਹੈ ਬਕਾਇਦਾ, ਸਾਰੇ ਕਿਤੇ ਹੁੰਦੀ ਹੈ। ਔਰ ਜੇ ਕੋਈ ਗਰੀਬ ਹੈ ਉਹਨੂੰ ਕਹੀ ਜਾਓ ਤੂੰ ਗਰੀਬ ਆਪਦੇ ਲੱਛਣਾਂ ਕਰਕੇ ਕਿ ਤੈਨੂੰ ਆਉਂਦਾ ਨਹੀਂ ਕੁਛ, ਔਰ ਤੂੰ ਅਨਪੜ੍ਹ ਆਪਦੇ ਕਰਕੇ ਆ ਕਿਉਂਕਿ ਤੈਨੂੰ ਪੜ੍ਹਨ ਦੀ ਤੇਰੇ 'ਚ ਲਾਲਸਾ ਨਹੀਂ ਸੀ। ਅਸੀਂ ਮਾਹੌਲ ਨਹੀਂ ਪੈਦਾ ਕਰਦੇ, ਅਸੀਂ ਉਹਨਾਂ ਲੋਕਾਂ ਨੂੰ ਉਹ ਦਿੰਦੇ ਨਹੀਂ ਆ ਮਾਹੌਲ, ਉਹ ਸਾਰਾ ਕੁਝ ਕਰਨ ਤੇ ਬਲੇਮ ਉਹਨਾਂ ਨੂੰ ਮੁੜ ਕੇ ਕਰ ਰਹੇ ਆ, ਇਹਦੇ ਤੋਂ ਗੁਰੇਜ਼ ਕਰਨਾ ਪਿਆ। ਬਿਲਕੁਲ ਠੀਕ ਹੈ, ਡਟ ਕਰ ਦੋ। ਤੁਸੀਂ ਬੜੀ ਜਾਗਰੂਕਤਾ ਲਈ ਕੰਮ ਕਰਦੇ ਪਏ, ਹੁਣ ਵੀ ਤੁਸੀਂ ਪਿੱਛੇ ਜਾ ਕੇ ਆਏ ਹੋ ਪਲੀਤ ਪਾਣੀਆਂ ਦੇ ਮੁੱਦੇ ਤੇ। ਸਵਾਲ ਇਹ ਹੈਗਾ ਕਿ ਜਿਹੜੀ ਲਿਖਤਾਂ ਤੁਸੀਂ ਲਿਖਦੇ ਪਏ ਹੋ, ਰੇਡੀਓ ਦੇ ਵਿੱਚ ਨਾਟਕ ਕੀਤੇ ਜਾ ਰਹੇ ਹੈਗੇ, ਉਹਦੇ ਨਾਲ ਜਾਗਰੂਕਤਾ ਆਉਂਦੀ ਹੈ? ਜਾਗਰੂਕਤਾ ਸਮਾਜ ਵਿੱਚ ਤਾਂ ਆਜੂਗੀ ਗਰਭ ਸਾਹਿਬ, ਜਿਹੜੀ ਗੱਲ ਇਹ ਕਹਿ ਰਹੇ ਨੀਤੀ ਘਾੜਿਆਂ ਦੀ, ਉਹਨਾਂ ਵਿੱਚ ਜਾਗਰੂਕਤਾ ਕਿਵੇਂ ਆਊਗੀ? ਮੈਂ ਉਸੇ ਗੱਲ 'ਤੇ ਆ ਰਿਹਾ। ਅਸੀਂ ਜਿੰਨੇ ਉਹ ਨਾਟਕ ਨੇ ਉਹਦੇ 'ਚ ਅਸੀਂ ਇਕੱਲੇ ਵਿਅਕਤੀ 'ਤੇ ਬਹੁਤਾ ਜ਼ੋਰ ਨਹੀਂ ਲਾਉਂਦੇ, ਕਿਉਂਕਿ ਵਿਅਕਤੀ ਇਕੱਲਾ ਕਿੰਨਾ ਵੀ ਤੁਸੀਂ AC ਬੰਦ ਰੱਖੋ ਜੀ, ਤੁਸੀਂ AC ਨਾ ਲਾਓ ਜੀ, ਤੁਸੀਂ ਟੂਟੀ ਤੁਹਾਡੀ ਚੱਲਦੀ ਹੋਵੇ, ਟੁਪਕਾ ਗਿਰਦਾ ਹੋਵੇ, ਉਹਨੂੰ ਬੰਦ ਰੱਖੋ। ਜੇ ਸੈਂਕੜੇ ਟੂਟੀਆਂ ਸਰਕਾਰੀ ਘਰਾਂ ਦੀਆਂ ਲੱਗੀਆਂ ਹੋਈਆਂ, ਮਹਿਕਮੇ ਨੇ ਠੀਕ ਨਹੀਂ ਕਰਨੀਆਂ, ਜੇ ਪਾਣੀ ਦੇ ਵੱਡੇ ਪਾਈਪ ਹੀ ਲੀਕ ਰੋਜ਼ ਕਰੀ ਜਾਂਦੇ ਨੇ, ਉਹ ਇੱਕ ਟੂਟੀ ਦੀਆਂ ਤੁਸੀਂ ਬੰਦ ਕਰਕੇ ਕੀ ਕਰ ਲਓਗੇ? ਵਿਅਕਤੀਗਤ ਕੋਸ਼ਿਸ਼ਾਂ ਉਦੋਂ ਕਾਮਯਾਬ ਹੁੰਦੀਆਂ ਨੇ ਜਦ ਪਹਿਲਾਂ ਸਰਕਾਰ ਤੌਰ ਦੇ ਉੱਤੇ ਨੀਤੀ ਅਤੇ ਨੀਅਤ ਦੋਨੇ ਠੀਕ ਹੋਣ, ਅਤੇ ਤੁਹਾਡੇ ਜੀਵਨ ਪੱਧਤੀ, ਜੀਵਨ ਸ਼ੈਲੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਜੀਵਨ ਸ਼ੈਲੀ ਉਸ ਵਿਕਾਸ ਦੇ ਮਾਡਲ 'ਚੋਂ ਨਿਕਲਦੀ ਹੈ। ਉਹ ਜੀਵਨ ਸ਼ੈਲੀ ਆਪੇ ਨਹੀਂ ਬਣਦੀ, ਕੋਈ ਵਿਅਕਤੀ ਨਹੀਂ ਬਣਾਉਂਦਾ, ਇਹ ਕਹਿਣ ਦੀਆਂ ਗੱਲਾਂ ਨੇ, ਹਰ ਵਿਅਕਤੀ ਉਹ ਜੀਵਨ ਸ਼ੈਲੀ। ਤੁਸੀਂ ਕੋਈ ਕਹੇ ਜੀ ਅੱਜ AC ਲਾਉਣ ਲੱਗ ਗਏ, ਜਦ ਤੁਸੀਂ ਹਾਈ ਰਾਈਜ ਬਿਲਡਿੰਗ ਬਣਾਓਗੇ 100-100 ਦੀ, ਉੱਥੇ ਲਿਫਟ ਤਾਂ ਲਾਉਣੀ ਪਏਗੀ, ਕਿਹੜਾ ਪੌੜੀਆਂ ਚੜ੍ਹ ਕੇ ਜਾਏਗਾ? ਜੇ ਉਹ ਬਿਲਡਿੰਗ ਪੂਰੀ ਕੰਕਰੀਟ ਦੀ ਬਣੀ ਆ, ਆਲੇ ਦੁਆਲੇ ਜੰਗਲ ਹੈ ਹੀ ਨਹੀਂ, ਉਹ ਇੰਨੀ ਗਰਮ ਹੋਏਗੀ ਕਿ ਉਹਨੂੰ ਕੋਈ ਨਾ ਕੋਈ ਸਾਧਨ ਵਰਤਣਾ ਪਏਗਾ। ਸੋ ਤੁਸੀਂ ਕੀ ਆ, ਅੱਜ ਅਸੀਂ ਇੱਕ ਇਸੇ ਸਰਕਲ 'ਚ ਫਸ ਗਏ ਹਾਂ ਕਿ ਇੱਕ ਪਾਸੇ ਕਾਰਬਨ ਡਾਈਆਕਸਾਈਡ ਜਿਹੜੀ ਹੈ, ਜਿਹੜੀ ਇਹ ਸਾਡਾ ਗਰਮੀ ਰਾਈਜ਼ ਕਰ ਰਹੀ ਹੈ, ਉਹ ਕਰ ਰਹੀ ਹੈ, ਜੇ ਅਸੀਂ ਉਹਦੇ ਵਾਸਤੇ ਅਸੀਂ AC ਲਾਉਣੇ, ਉਹਦੇ ਨਾਲ ਹੋਰ ਗਰਮੀ ਰਾਈਜ਼ ਕਰਦੀ, ਕਿਉਂਕਿ એનર્ਜੀ ਦੀ ਜ਼ਿਆਦਾ ਲੋੜ ਹੈ। ਉਹ એનર્ਜੀ ਪੈਦਾ ਕਰਨ ਵਾਸਤੇ ਕੋਲਾ ਬਾਲਦੇ ਹਾਂ, ਜਾਂ ਨਿਊਕਲੀਅਰ એનર્ਜੀ ਪੈਦਾ ਕਰਦੇ ਹਾਂ, ਜਾਂ ਗੈਸ ਬਾਲਦੇ ਹਾਂ, ਉਹਦੇ ਨਾਲ ਹੋਰ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਅੱਜ ਅਮਰੀਕਾ ਦਾ ਹੁਣ ਵਿਕਟਮ ਬਲੇਮ ਦੀ ਮੈਂ ਗੱਲ 'ਤੇ ਆਵਾਂਗਾ ਇੱਕ 'ਤੇ, ਅਮਰੀਕਾ 'ਚ ਕਾਰਬਨ ਫੁੱਟਪ੍ਰਿੰਟਸ ਨੇ ਜਿਹੜੇ ਉਹ 5736 ਨੇ, ਅਤੇ ਹਿੰਦੁਸਤਾਨ 'ਚ 1100 ਨੇ ਪਰ ਵਿਅਕਤੀ, ਪ੍ਰਤੀ ਵਿਅਕਤੀ ਹੈਗੇ। ਇਹ ਹਿੰਦੁਸਤਾਨ ਵਿੱਚ 8ਵੇਂ 10ਵੇਂ ਨੰਬਰ 'ਚ ਪੂਰੀ ਦੁਨੀਆ 'ਚ ਇਸ ਮਾਮਲੇ 'ਚ। ਸੋ ਜੇ ਹਿੰਦੁਸਤਾਨ ਨਾਲੋਂ 5.5 ਗੁਣਾ ਤਕਰੀਬਨ ਅਮਰੀਕਾ ਦਾ ਇਹ ਪ੍ਰਤੀ ਵਿਅਕਤੀ ਜਿਹੜਾ ਹੈ ਉਹ ਕਾਰਬਨ ਫੁੱਟਪ੍ਰਿੰਟਸ ਹੋ ਰਹੇ ਨੇ, ਪਰ ਟਰੰਪ ਉਸ ਤੋਂ ਬਾਹਰ ਜਾਂਦਾ ਵੀ ਮੈਂ ਨਹੀਂ ਇਹ ਗੱਲ ਕਰਨਾ, ਨਾਲ ਇਹ ਕਹਿਣਾ ਸ਼ੁਰੂ ਕਰਤਾ, ਇਹ ਤਾਂ ਕਹਿੰਦਾ ਜੀ ਅੰਕੜੇ ਦੀ ਖੇਡ ਹੈ, ਇਹ ਕਹਿੰਦਾ ਹੈ ਹੀ ਨਹੀਂ ਇਨਵਾਇਰਮੈਂਟ ਦਾ ਮੁੱਦਾ, ਹੁਣ ਮੰਨਣਾ ਪਿਆ ਜਦ ਸਾਹਮਣੇ ਆ ਗਿਆ ਵਿਗਿਆਨੀਆਂ ਨੇ ਵੀ, ਦੱਸੋ ਇਹਦਾ ਜਵਾਬ ਦਿਓ ਫਿਰ। ਸੋ ਇਸ ਕਰਕੇ ਸਾਡੇ ਸਮੱਸਿਆ ਇੱਥੇ ਆ ਗਈ ਕਿ ਅਸੀਂ ਵਿਅਕਤੀ ਨੂੰ ਕਹਿੰਦੇ ਤੂੰ ਐਂ ਕਰ, ਵਿਅਕਤੀ ਇਕੱਲਾ ਕਰੀ ਜਾਏਗਾ, ਕਰਨਾ ਚਾਹੀਦਾ, ਪਰ ਇਕੱਲੇ ਇਕੱਲੇ ਵਿਅਕਤੀ ਨੂੰ ਕਰਕੇ ਹਿੰਦੁਸਤਾਨ ਦੀ 130 ਕਰੋੜ ਜਨਤਾ ਨੂੰ ਕਿਹਨੂੰ ਕਿਹਨੂੰ ਸਮਝਾ ਲਓਗੇ? ਇਹਨੂੰ ਆਲਮੀ ਸਮੱਸਿਆ ਦੇ ਰੂਪ ਵਿੱਚ ਲੈਣਾ ਪਊਗਾ। ਹਾਂ, ਮੈਂ ਛੋਟੀ ਜਿਹੀ ਇੱਕ ਲਾਈਨ 'ਚ ਖਤਮ ਕਰਾਂਗਾ ਆਪਦੀ ਗੱਲ। ਜਿਵੇਂ ਸੀਵਰੇਜ ਹੈ, ਸੀਵਰੇਜ ਦੇ ਨਾਲ ਸਭ ਤੋਂ ਜ਼ਿਆਦਾ ਇਨਵਾਇਰਮੈਂਟ ਖਰਾਬ ਹੋ ਰਹੀ ਹੈ, ਪਾਣੀ ਵੀ, ਧਰਤੀ ਦੇ ਹੇਠਲਾ ਪਾਣੀ ਵੀ। ਅੱਜ ਉਸੇ ਸੀਵਰੇਜ 'ਚੋਂ ਅਸੀਂ ਗੈਸ ਪੈਦਾ ਕਰ ਸਕਦੇ ਹਾਂ, ਸਾਰਾ ਸੀਵਰੇਜ ਅਨਟਰੀਟਡ ਸਤਲੁਜ ਦੇ ਵਿੱਚ ਵੀ, ਬਿਆਸ ਦੇ ਵਿੱਚ ਵੀ, ਘੱਗਰ ਦੇ ਵਿੱਚ ਵੀ, ਰਾਵੀ ਦੇ ਵਿੱਚ ਵੀ ਸੁੱਟਿਆ ਜਾ ਰਿਹਾ। ਇਹਦਾ ਜ਼ਿੰਮੇਵਾਰ ਕੌਣ ਹੈ? ਹੂ ਇਜ਼ ਡੂਇੰਗ ਇਟ? ਔਰ ਸੀਵਰੇਜ ਦੀ ਸਾਰੀ ਕੰਟਰੋਲ ਆ ਜਿਹੜਾ ਉਹ ਸਰਕਾਰ ਕੋਲ ਹੈ, ਲੋਕਲ ਸੈਲਫ ਗਵਰਨਮੈਂਟ ਨੇ ਪਾਇਆ ਹੋਇਆ, ਸੀਵਰੇਜ ਕਿਸੇ ਦਾ ਪ੍ਰਾਈਵੇਟ ਨਹੀਂ ਹੈ। ਦੂਜਾ, ਅਸੀਂ ਟੈਕਨੋਲੋਜੀ ਲੋਕਾਂ ਨੂੰ ਦੱਸਤੀ, ਛੋਟੀ ਜਿਹੀ ਗੱਲ ਦੱਸਦਾ, ਕੱਚੇ ਪਿੱਤ ਪੱਟ ਲਓ, ਕੱਚੇ ਟੋਏ ਪੱਤ ਕੇ ਟੱਟੀਆਂ ਬਣਾਉਂਦੇ ਪਾਣੀ, ਜਿਹੜਾ ਪਹਿਲਾਂ ਉੱਤੇ ਧਰਤੀ ਦੀ ਪੇਪਰੀ ਹੈ ਜਿਵੇਂ ਆ ਸਾਡੀ ਚਮੜੀ ਹੈ, ਇਹਦੇ ਉੱਤੇ ਜਿੰਨਾ 'ਚ ਸੱਟ ਲੱਗ ਗਈ, ਇੱਥੇ ਫੁੰਸੀਆਂ ਨਹੀਂ ਹੁੰਦੀਆਂ ਛੇਤੀ ਛੇਤੀ, ਪਰ ਸੱਟ ਲੱਗੇ ਪੀਕ ਪੈ ਜਾਂਦੀ ਹੈ, ਕਿਉਂਕਿ ਚਮੜੀ ਚਾਹੇ ਪਤਲੀ ਹੈ ਬਹੁਤ ਜ਼ਿਆਦਾ ਪ੍ਰੋਟੈਕਟਿਵ ਹੈ। ਇੱਦਾਂ ਧਰਤੀ ਦੀ ਚਮੜੀ ਹੈਗੀ ਹੈ ਪੇਪੜੀ, ਉਹ ਬੜੀ ਪ੍ਰੋਟੈਕਟਿਵ ਹੈ, ਉਹਦੇ ਉੱਤੇ ਗੰਦ ਪਿਆ ਰਹੇ, ਉਹ ਥੱਲੇ ਨਹੀਂ ਜਾਂਦਾ, ਪਰ ਜਦ ਤੁਸੀਂ ਕੱਚਾ ਪਿੱਟ ਪੱਟਤਾ 10-12 ਫੁੱਟ ਡੂੰਘਾ, ਉਦੋਂ ਪਾਣੀ ਜਾਏਗਾ ਹੀ ਜਾਏਗਾ। ਸੋ ਸਾਡਾ ਧਰਤੀ ਹੇਠਲਾ ਪਾਣੀ, ਸਾਡਾ ਉੱਪਰਲਾ ਪਾਣੀ, ਸਾਡੀ ਹਵਾ, ਇਹਨਾਂ ਚੀਜ਼ਾਂ ਨੇ ਨੀਤੀਆਂ ਨੇ ਖਰਾਬ ਕਰੀ ਹੈ। ਅਸੀਂ ਨੀਤੀਆਂ ਨੇ ਕਹੀਆਂ ਸਵੱਛ ਭਾਰਤ 'ਚ ਕੱਚੇ ਪਿੱਟ ਵੀ ਪਟਵਾਈ ਜਾਂਦੇ ਹਾਂ, ਕੱਚੇ ਪਿੱਟ ਬੰਦ ਕਰਨੇ, ਪੱਕੇ ਪਿੱਟ ਬਣਾਉਣੇ, ਸੀਵਰੇਜ ਦਾ ਠੀਕ ਪ੍ਰਬੰਧ ਕਰਨਾ, ਉਹਦਾ ਨਿਪਟਾਰਾ ਕਰਨਾ ਪੂਰੇ ਪੰਜਾਬ ਦਾ। ਜੇ ਮੈਂ ਹਿੰਦੁਸਤਾਨ 'ਚ ਨਾ ਵੀ ਜਾਵਾਂ, ਪੰਜਾਬ ਦਾ ਜਿਹੜਾ ਸੁੱਕਾ ਕੂੜਾ ਕਰਕਟ ਹੈ ਉਹ ਅਨਟਰੀਟਡ ਰਹਿੰਦਾ, ਜਿਹੜਾ ਗਿੱਲਾ ਕੂੜਾ ਕਰਕੇ ਉਹ ਸਿਰਫ ਬਾਇਓਵੇਸਟ ਨੂੰ ਕਹਿੰਦੇ ਨੇ ਅਸੀਂ ਟ੍ਰੀਟ ਕਰਿਆ, ਜੈਵਿਕ ਕੂੜੇ ਕਚਰੇ ਨੂੰ, ਬਾਕੀ ਨੂੰ ਟ੍ਰੀਟ ਹੀ ਨਹੀਂ। ਕ੍ਰਿਟੀਕਲ ਸਿਸਟਮ ਹੈ ਜਿਹੜਾ, ਉਸ ਦੇ ਵਿੱਚ ਇਹਨਾਂ ਦੇ ਆਪਦੇ ਅੰਕੜੇ ਨੇ, ਸਰਕਾਰ ਦੇ ਅੰਕੜੇ ਨੇ ਵੀ ਕਿੰਨੇ। ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। 45 ਸਾਲ ਹੋ ਗਏ ਸਾਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਉਂਦਿਆਂ ਨੂੰ, 45 ਸਾਲਾਂ ਦੇ ਵਿੱਚ ਅਸੀਂ ਕੀਤਾ ਕੀ ਹੈਗਾ? ਬਹੁਤ ਸਾਰੇ ਸਵਾਲ ਸਾਡੇ ਆਪਦੇ ਆਪ 'ਤੇ ਹੈਗੇ ਆ, ਸਰਕਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ। ਕਦੇ ਉਹ ਮੌਕਾ ਆਵੇਗਾ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਕਦੇ ਉਹ ਮੌਕਾ ਆਵੇਗਾ ਜਦੋਂ ਇਨਵਾਇਰਮੈਂਟ ਦੇ ਮੁੱਦੇ 'ਤੇ ਚੋਣਾਂ ਲੜੀਆਂ ਜਾਣਗੀਆਂ, ਜਦੋਂ ਜਜ਼ਬਾਤਾਂ ਨੂੰ
इस तरीके नहीं उछालिया जाएगा कि तुसी राष्ट्रवाद हो या नहीं, राष्ट्रवादी हो या नहीं, तुसी देश की सुरक्षा लिए हो या नहीं, तुसी देश के जिहड़े विच धर्म है गया, धर्म के नाते जो वोटां मंगते है क्या उस दे विचाले फिट करते कि नहीं, अपने आप को करते कि नहीं। ये चुगिरते बारे जो चोणां होणगियां उदों पुछा जाएगा सवाल, तो उदों हल भी निकलणगे जनाब। पर सवाल यह है जो असी बेदबी की गल पंजाब विच करते हैं जो चुगिरते की गल नहीं करते तो की चुगिरते की बेदबी नहीं। ब्रेक तो वापस आ रहे सवाल एक पूछ रहे हैं, इस चर्चा के सवाल असं यह पूछ रहे हैं कौमांतरी वातावरण दिवस मौके धरती बचाने का आयत कौन लवेगा। प्रोफेसर मनजीत सिंह तुम सारे सियाने पैने हो, तुम लोग सुनते भी है समझते भी हो, तुम सारे पैनलिस्ट बड़ा तजर्बा है थोड़ा सारे का, वो लोग जो सामने बैठे हैं ना उन्होंने एक सवाल करना है, बड़ी सियाने सियाने गल् अज ही करके दूसरा पता नहीं कुछ करना कि नहीं करना, ना सरकार ने कुछ करना ना ना सियाने बनने कुछ होने देना, इस सवाल का कोई जवाब दोगे? देखो करना तो कुछ पेगा पर यह हल कोई आराम नाल है नहीं। मैनू कई बार तो इंज लगता कि असी जिन्नियां भी गल्लां कर रहे हैं जां एफर्ट कर रहे हैं वो जिड्डी वड्डी ये मुसीबत ते प्रॉब्लम हैगी है उसका एक भी भूरा भर भी उहदे ते असर मतलब नहीं पा पाउंदी। माड़ा मोटा गल्लां ते असी करनियां ही चाहीदियां, जदों सानूं तक दुख तकलीफ है असी रोवांगे भी नहीं पिटांगे भी नहीं, तो कोई वो भी बहुत चंगी गल नहीं हैगी। पर यह जिड्डी वड्डी इहदी मतलब साइज है प्रॉब्लम का, वो तो एक वड्डे पद्धर ते विश्व पद्धर के उत्ते कल्ला डे मनाने नाल नहीं, कभी और विमेन डे मना लो तो कभी तुसी मदरस डे मना लो, जिहड़ा कोई मसले का हल नहीं हुंदा उहदा डे मनाउण लग पैंदे आ। इह एक भी किस्म का कैमोफलेज आ, उपर ढक्कण लाउण वाली गल आ, इह वाइट वाशिंग बंद होनी चाहीदी आ और इसनूं वड्डे पद्धर ते एड्रैस करना चाहीदा। इह चंगी गल आ कि कुछ देशां दे विच इह इलैक्शन का मुद्दा बन लगा, ग्रीन पीस मूवमेंट सारा मूवमेंट उह बड़ी देर दी चली हुई है, साढ़े अजे तो धर्म नूं ही बड़ा खतरा और देश नूं भी बड़ा खतरा, इस करके देश प्यार दा मीटर बड़ा थले चला गया, वो बार बार तां चुकना पैंदा कि पता नहीं लोगों नूं की कुरबानी नहीं रही देश लई। इहो जिहियां गल्लां बेतुकियां गल्लां च असीं ज़्यादा टाइम वेस्ट करदे हां और जिहड़ी असली मुद्दे आ उहदी गल दा टाइम ही नहीं दिंदे असीं लोकां नूं, और लोग भी असीं इहो जिहे आ कि उहनां मुद्दियां च मंदर मस्जिद इहो जिहे मुद्दियां च जात प्रस्ती दे मुद्दियां दे विच ज़्यादा उलझ के रह जांदे, उहदे चों बाहर आ के तुसीं इस गल दा सोचणा चलो सोचणा शुरू करो कि तुहाडे मतलब आने वाला समा है कितना खतरनाक, थोड़ा खतरनाक नहीं, जे ग्लेशियर जिस स्पीड दे नाल वो जिहड़े खत्म हो रहे आ आने वाले 50 साल दे सारे दा सारा इलाका तबाह हो जू, बिल्कुल तबाह हो जूगा। ये मेरे नालों ज़्यादा आलू वाले जी दसणगे, ये एक गल जिहड़ी सानूं जरूर करनी पऊगी। मैं तो हुणे जिहड़े एंशियंट ग्रीक्स अज तो 2500 साल पहले साढ़े नौ 100 गुणा सियाने सी, वह साइंस भी सी उन्हां कोल सारा कुछ सी, बेवकूफ नहीं सीगे, पर उहदे बावजूद उन्हां तो असीं बहुत पिछे गए हाँ। एक खपतकारी सभ्याचार जिहड़ा पैदा कर लिया कि वध तो वध चीज़ां खरीदणियां पैदा करनियां फिर खरीदणियां फिर सुट्टणियां, ये सब तो वड्डा जिहड़ा समाज दे विच तुहाडा रुतबा उपर करदा आ, उस गल नूं जे खत्म नहीं करदे, जीवन शैली नूं रल के असीं सधारण नहीं बणाउंदे। लोक की कर सकदे आ, बड़ी सिंपल फार्मूला मैनूं तो लगदा, लोग अपनी जीवन शैली नूं रहण बहण नूं बिल्कुल सादा कर लो, अपने आप वो सारे जिहड़े बंदे इनवायरमेंट खराब करते उन्हां दी मार्केट ही खत्म हो जू, मार्केट खत्म हो जू तो बनाउणा बंद करनगे, तबाह होणगे कुछ।